ਸਾਤਰੀ ਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਉੱਗੇ ਸਿਆਸੀ ਮਾਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਸੁਖਿੰਦਰ ਜੀ ਜੀ ਸਭ ਆਖਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦਾ ਵਿਆਹ ਹੋ ਗਿਆ ਅਰਵਿੰਦ ਕੇਜਰੀਵਾਲ ਆਏ ਸੀ ਰਾਗਵ ਚੱਡਾ ਸੰਜੀਤ ਕੁਮਾਰ ਹੋਰ ਬਹੁਤ ਸ਼ਖਸੀਅਤਾਂ ਜਿਹੜੀਆਂ ਦਿੱਲੀੋਂ ਆਈਆਂ ਜਾਂ ਇਧਰੋਂ ਉਹਨਾਂ ਦੇ ਪਰਿਵਾਰ ਦੇ ਉਹ ਸਾਰਾ ਕੁਝ ਹੁਣ ਗਿਆ ਨਿਬੜ। ਹੁਣ ਗੱਲ ਫੇਰ ਆਉਂਦੀ ਹੈ ਪੰਜਾਬ ਦੇ ਉੱਤੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਮੌਜੂਦਾ ਸਥਿਤੀ ਕੀ ਆ। ਪਿਛਲੇ ਦਿਨਾਂ ਚਾਪਾਂ ਵੀ ਇੱਕ ਵਾਰੀ ਜ਼ਿਕਰ ਕੀਤਾ ਸੀ ਕਿ ਵੱਡੇ ਪੱਦਰ ਦੇ ਉੱਤੇ ਫੇਰ ਬਦਲ ਹੋ ਰਹੇ ਨੇ। ਇਸ ਫੇਰ ਬਦਲ ਨੂੰ ਲੈ ਕੇ ਵੀ ਚਰਚਾਵਾਂ ਚੱਲ ਰਹੀਆਂ ਕਿ ਸੰਗਰੂਰ ਦੀ ਹਾਰ ਦਾ ਅਸਰ ਇਸ ਕਦਰ ਹੈ ਕਿ ਸਰਕਾਰ ਅੰਦਰੋਂ ਰਿਪੋਰਟਾਂ ਜਿਹੜੀਆਂ ਨੇ ਉਹ ਆਪਣੀਆਂ ਮੰਗਾ ਰਹੀ ਹੈ, ਪਤਾ ਕਰ ਰਹੀ ਹੈ ਕੂਪੀ ਏਜੰਸੀਆਂ ਨੂੰ ਲਾਇਆ ਹੋਇਆ ਕੂਪੀਆ ਤੰਤਰ ਨੂੰ। ਕਿ ਪਤਾ ਕਰੂ ਕਿ ਲੋਕਾਂ ਦੇ ਵਿੱਚ ਕਿੱਦਾਂ ਦਾ ਰਿਸਪੌਂਸ ਹੈ ਸੁਰਖੀਆਂ ਦੱਸਦੀਆਂ ਅਖਬਾਰਾਂ ਦੀਆਂ ਤੁਹਾਡੇ ਕੋਲ ਵੀ ਖਬਰ ਪਹੁੰਚੀ ਹੋਣੀ ਕਿ ਵਰਕਰ ਬਹੁਤ ਨਾਰਾਜ਼ ਨੇ ਵਲੰਟੀਅਰ ਬਹੁਤ ਨਾਰਾਜ਼ ਨੇ ਜਿਨ੍ਹਾਂ ਨੂੰ ਗਲੀ ਗਲੀ ਤੇ ਪਹਿਲਾਂ ਪ੍ਰਧਾਨ ਲਾਇਆ ਸੀ ਤੇ ਉਹ ਹੁਣ ਕਹਿੰਦੇ ਕਿ ਸਾਡੇ ਬੰਦੇ ਸਾਡੇ ਐਮਐਲਏ ਹੁਣ ਸਾਡੀ ਸੁਣਵਾਈ ਨਹੀਂ ਕਰਦੇ ਦੇਖੋ ਐਮਐਲਏ ਵਿਚਾਰੇ ਕੀ ਕਰਨ ਐਮਐਲਏ ਬਣਤੇ ਗਏ ਕਿਉਂਕਿ ਉਹ ਕਿਸੇ ਨਾ ਕਿਸੇ ਨੂੰ ਖੜਾ ਕਰਨਾ ਸੀ ਤੇ ਉਹੋ ਜੇ ਬੰਦਿਆਂ ਨੂੰ ਕਰਨਾ ਸੀ ਜਿਹੜਾ ਕੋਈ ਬਹੁਤਾ ਕੇਜਰੀਵਾਲ ਨੂੰ ਕਿੰਤੂ ਪਰੰਤੂ ਨਾ ਕਰੇ ਉਥੇ ਜਾ ਕੇ ਆਪਣੀ ਸਲੂਟ ਮਾਰੇ ਉਥੇ ਜਾ ਕੇ ਆਪਣੀ ਵਫਾਦਾਰੀ ਲਗਾਤਾਰ ਪ੍ਰੂਵ ਕਰੇ ਕਿ ਮੈਂ ਬਹੁਤ ਹੀ ਵਫਾਦਾਰ ਹਾਂ ਜੀ ਹਜੂਰੀ ਕਰੇ ਹੋਰ ਜੇ ਕੋਈ ਬੁੱਤੀ ਨੱਤੀ ਵੀ ਲੋਡ ਪਵੇ ਤੇ ਉਹ ਵੀ ਸਿਰੇ ਚਾੜੇ ਹੁਣ ਜਿਹੜੇ ਬੰਦੇ ਖੋਦ ਹੀ ਕਿਸੇ ਦੀ ਦਿੱਤੀ ਹੋਈ ਟਿਕਟ ਜਾਂ ਕਿਸੇ ਦੇ ਅਛਾਰੇ ਤੇ ਜਾਂ ਉਸ ਕਿਸਮ ਨਾਲ ਇੰਜ ਉਹਨਾਂ ਨੂੰ ਲੱਗੇ ਕਿ ਉਹ ਆਧਾਰੀ ਸ਼ੋਰਤ ਉਹਨਾਂ ਨੇ ਕਿਤੇ ਉਹ ਲਈ ਹੋਈ ਹੈ ਤਾਂ ਉਹਨਾਂ ਦਾ ਜੋ ਰੁਤਪਾ ਜਾਂ ਉਹਨਾਂ ਦੀ ਜਿਹੜੀ ਅੱਜ ਵਿਧਾਇਕੀ ਬਚੀ ਹੋਈ ਹੈ ਤੇ ਉਹ ਤੇ ਕੇਜਰੀਵਾਲ ਕਰਕੇ ਬਚੀ ਜੇ ਇੰਜ ਹੋਵੇ ਤਾਂ ਉਹਨਾਂ ਨੇ ਲੋਕਾਂ ਨੂੰ ਕੀ ਦੇਣਾ ਉਹਨਾਂ ਨੂੰ ਤੇ ਆਪਣੇ ਹੀ ਨਹੀਂ ਪਤਾ ਬਹੁਤ ਵੰਦਾ ਦੇ ਜੇ ਆਪਣੀ ਲਿਆਕਤ ਦੇ ਨਾਲ ਜਾਂ ਆਪਣੇ ਤੌਰ ਤੇ ਜਾਂ ਆਪਣੇ ਇੰਡੀਪੈਂਡੈਂਟ ਮਾਸ 20 ਦੇ ਉੱਤੇ ਜਾਂ ਉਸ ਕਿਸਮ ਨਾਲ ਪਾਰਟੀ ਦੇ ਵਿੱਚ ਬਹੁਤ ਲੰਬੇ ਦਿਨ ਤੱਕ ਕੰਮ ਕਰਨ ਤੋਂ ਬਾਅਦ ਕਾਡਰ ਦੇ ਆਧਾਰ 'ਤੇ ਜੀ ਕੁਝ ਕਰੂਗਾ ਬੰਦਾ ਤਾਂ ਫਿਰ ਕੁਦਰਤੀ ਆ ਉਸ ਪਾਰਟੀ ਲਈ ਜਾਂ ਉਸ ਯੂਨਿਟ ਲਈ ਉਸ ਕਾਂਸਟਿਟੂਐਂਸੀ ਦੇ ਮੈਂਬਰਾਂ ਲਈ ਉਹਨਾਂ ਦੀ ਵੱਡੀ ਜਵਾਬਦੇਹੀ ਹੁੰਦੀ ਹੈ ਕਿਉਂਕਿ ਉਹਨਾਂ ਨੇ ਹੀ ਉਹਨਾਂ ਨੂੰ ਜਿਤਾਇਆ ਹੁੰਦਾ ਇੱਥੇ ਮੈਥਡ ਹੋਰ ਹੈਗਾ ਇੱਥੇ ਆ ਕਿ ਕੋਈ ਚਿਹਰੇ ਇਕੱਠੇ ਕਰੋ ਇੱਕ ਹਵਾ ਬਣਾਓ ਹਵਾ ਬਣਾ ਕੇ ਫਿਰ ਜਿਹੜੇ ਉਹਨਾਂ ਚੋਂ ਚੇਰੇ ਜਿੱਦੋਂ ਹਵਾ ਬਣ ਜਾਂਦੀ ਹੈ ਪਹਿਲਾਂ ਪਾਰਟੀ ਨੂੰ ਲਾਓ ਉਹਨਾਂ ਨੂੰ ਵਰਕਰਾਂ ਨੂੰ ਲਾਓ ਉਹਨਾਂ ਨੂੰ ਕਹੋ ਕਿ ਤੁਹਾਨੂੰ ਆਹ ਦੇਾਂਗੇ ਆਹ ਦੇਾਂਗੇ ਤੁਸੀਂ ਵਾਲ ਪੇਂਟਿੰਗ ਕਰੋ ਤੁਸੀਂ ਪੋਸਟਰ ਲਾਓ ਤੁਸੀਂ ਫਲੈਕਸਾਂ ਲਾਓ ਤੁਸੀਂ ਆਹ ਕਰੋ ਪੂਰਾ ਸੈਂਟਰਲਾਈਜ਼ਡ ਸਿਸਟਮ ਜਿਹੜਾ ਫੋਨ ਦੇ ਬਟਨ ਦੇ ਨਾਲ ਉਹ ਲਗਾਤਾਰ 6 ਮਹੀਨੇ 9 ਮਹੀਨੇ ਚੱਲਦਾ ਉਹ ਤਾਂ ਬਾਤ ਜਦੋਂ ਫਾਈਨਲ ਆਉਂਦਾ ਜਦੋਂ ਇਹ ਫਸਲ ਪੱਕ ਜਾਂਦੀ 9 ਮਹੀਨਿਆਂ ਚ ਅਠਾ ਚ ਪੱਕ ਜਾਂਦੀ ਗੰਨਾ ਵੀ ਪੱਕ ਜਾਂਦਾ ਕਣਕ ਤੇ ਛੇਤੀ ਪੱਕ ਜਾਂਦੀ ਇਹ ਸਾਰੀ ਜਦੋਂ ਫਸਲ ਇਹਨਾਂ ਦੀ ਰਾਜਨੀਤਿਕ ਪੱਕ ਜਾਂਦੀ ਹੈ ਫਿਰ ਇਹ ਬੰਦੇ ਲੱਭਦੇ ਚਿਹਰੇ ਚਿਹਰੇ ਲੱਭ ਕੇ ਜਿਵੇਂ ਕੁਮਰ ਵਿਜੇ ਪ੍ਰਤਾਪ ਲੱਭਿਆ ਹੋਰ ਵੀ ਲੱਭੇ ਵਿੱਚੋਂ ਵਿੱਚੋਂ ਕਈ ਜਾ ਕੇ ਤੇ ਦੁਬਈ ਤੋਂ ਵੀ ਪਰਦਾ ਜਿਹੜਾ ਚੀਫ ਮਿਨਿਸਟਰ ਦਾ ਚਿਹਰਾ ਅਵਰਾਏ ਨੂੰ ਲੱਭ ਰੇ ਸੀ ਨਹੀਂ ਲੱਭਿਆ ਕਈਆਂ ਨੇ ਨਾ ਕੀਤੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਨਹੀਂ ਇੱਥੇ ਫਿਰ ਬਾਅਦ ਵਿੱਚ ਸਾਨੂੰ ਕੇਜਰੀਵਾਲ ਦੀ ਅਦੀਨ ਕੀ ਮੰਨਣੀ ਪਾਉਗੀ ਉਹ ਨਾ ਕਰਕੇ ਬਹੁਤੇ ਇਹ ਜਿਹੜੇ ਮੰਨ ਗਏ ਉਹ ਫਿਰ ਕੋਈ 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 ਜਿਸ ਤਰੀਕੇ ਨਾਲ ਜ਼ਰੂਰਤਾਂ ਪੂਰੀਆਂ ਸੀਗੀਆਂ ਕੇਜਰੀਵਾਲ ਦੀਆਂ ਜੋ ਵੀ ਉਹਨਾਂ ਨੇ ਸੋਚੀਆਂ ਉਹ ਪੂਰੀਆਂ ਕੀਤੀਆਂ ਕਿਸੇ ਕੋਲ ਬੰਦੇ ਹੋਣਗੇ ਕਿਸੇ ਕੋਲ ਰੋਤਬਾ ਹੋਊਗਾ ਕਿਸੇ ਕੋਲ ਚਾਰ ਪੈਸੇ ਹੋਣਗੇ ਪਾਰਟੀ ਚ ਚਲਾਉਣ ਲਈ ਸਾਰਾ ਕੁਛ ਲੜਾ ਲੜਾ ਕੇ ਇੰਜ ਹੁੰਦਾ ਰਬੋਲਟੇ ਪਹਿਲੀ ਵਾਰ ਨਹੀਂ ਦ ਹਰ ਵਾਰ ਹੀ ਹੁੰਦਾ ਹਮ ਪਰ ਸੱਤਾ ਚ ਕਿਉਂਕਿ ਆਈ ਨਹੀਂ ਸੀ ਕਦੀ ਲੋਕਾਂ ਦੇ ਮਨ 'ਚ ਇਹ ਬਹੁਤ ਸੀਗਾ ਕਿ ਇੱਕ ਵਾਰੀ ਇਹਨਾਂ ਨੂੰ ਇਹਨਾਂ ਨੇ ਨਾਰਾ ਵੀ ਇਹੋ ਹੀ ਲਾਇਆ ਸੀ ਕਿਸਾਨ ਨੂੰ ਇੱਕ ਮੌਕਾ ਤੇ ਦੇ ਦਿਓ ਦੇਖਿਓ ਤੇ ਸਹੀ ਅਸੀਂ ਕਿਵੇਂ ਤੁਹਾਡੀ ਗਰੀਬੀ ਦੂਰ ਕਰਦੇ ਆਂਗੇ ਕਿਵੇਂ ਅਸੀਂ ਭ੍ਰਿਸ਼ਟਾਚਾਰ ਦੀ ਨੂੰ ਜੜੋਂ ਕੱਢ ਕੇ ਜਿਵੇਂ ਕਿਸੇ ਚੀਜ਼ ਨੂੰ ਆਪਾਂ ਖੇਤਾਂ 'ਚ ਪੋਲੀ ਬਹੁਤ ਹੁੰਦੀ ਸੀ ਅੱਜਕੱਲ ਕਿਤੇ ਇੱਕ ਬੂਟਾ ਨਹੀਂ ਨਜ਼ਰ ਆਉਂਦਾ ਪੋਲੀ ਇਹ ਰੈਡੀ ਐਪਲੀਕੇਸ਼ਨ ਬੜੀ ਕੰਪਲੀਨ ਸੀ ਸਕੂਲਾਂ ਚ ਜਾਂਦੇ ਸੀ ਉਦੋਂ ਉਸ ਕਿਸਮ ਨਾਲ ਜਿਵੇਂ ਪੋਲੀ ਮਾਰਤੀ ਪੰਜਾਬ ਚੋਂ ਸਾਰੀ ਕੰਡਿਆਲੀ ਇੱਕ ਬੀਡ ਹੁੰਦਾ ਸੀ ਠੀਕ ਹੈ ਨਦੀਨ ਉਹ ਮਾਰਤੀ ਹੈ ਉਸੇ ਤਰੀਕੇ ਨਾਲ ਅਸੀਂ ਕਰਪਸ਼ਨ ਜਿਹੜੀ ਐਨ ਪੋਲੀ ਵਾਂਗੂ ਖਤਮ ਕਰ ਦੇਣੀ ਜੜੋਂ ਕੱਢ ਦੇਣੀ ਐ ਦਿਖੂਗੀ ਨਹੀਂ ਕਿਤੇ ਲੱਗੇ ਹੋਇਆ ਅਕੰਧ ਨਾਲ ਟਕਰਾਨਾ ਮਾਰਨ ਕਰਪਸ਼ਨ ਦਾ ਜਿਹੜਾ ਉਹ ਹਿਮਾਲਿਆ ਜਿੱਡੀ ਪ੍ਰੋਬਲਮ ਐ ਇਹ ਐਵੇਂ ਕਦੀ ਇੱਥੋਂ ਇੱਟ ਕੱਢਤੀ ਇੱਥੋਂ ਮੜਜੀ ਪਿੰਨ ਲਾਤੀ ਇੱਥੋਂ ਮੜ ਜਾ ਥੋੜਾ ਮਾਰ ਕੇ ਉਹ ਕਰ ਲਿਆ ਆ ਕਰ ਲਿਆ ਇਹ ਉਸ ਕੰਮ ਚ ਲੱਗੇ ਹੋਏ ਆ ਮੈਂ ਉਹਨਾਂ ਨੂੰ ਬਥੇਰਾ ਕਹਿਣਾ ਕਿ ਇਹ ਸਿਸਟਮ ਦੀ ਕਰਪਸ਼ਨ ਆ ਇਹ ਸਿਸਟਮ ਦੇ ਪੱਧਰ ਤੇ ਸੁਧਾਰ ਕਰਕੇ ਹੌਲੀ ਹੌਲੀ ਰੁਕੂਗੀ ਇਹ ਦੇ ਜਿਵੇਂ ਨਸ਼ੇ ਦਾ ਅਮਲ ਹੋਉਂ ਜੀ ਇਹਦਾ ਅਮਲ ਹੈਗਾ ਤੇ ਤੁਸੀਂ ਲੋਕਾਂ ਦੀਆਂ ਜਿਹੜੀਆਂ ਇਮੀਡੀਏਟ ਲੋੜਾਂ ਕਿ ਕਿਸੇ ਦਾ ਰੋਜ਼ਗਾਰ ਦਾ ਹੈ ਕਿਸੇ ਦੇ ਤੁਹਾਡੇ ਉਹ ਜੋ ਵਾਦੇ ਕੋਈ ਹਜ਼ਾਰ ਹਜ਼ਾਰ ਰੁਪਈਆ ਵੀ ਬੀਬੀਆਂ ਦਾ ਹੈ ਉਹ ਵੀ ਉਹਨਾਂ ਨੇ ਆਪਣੇ ਬਜਟ ਉਹਨਾਂ ਚ ਬਣਾ ਲਏ ਕਿ ਸਾਨੂੰ 12000 ਤੇ ਮਿਲਣਾ ਹੀ ਆ ਤੇ ਸਾਲ ਦਾ ਤੇ ਪਹਿਲੇ 6000 ਕਿਵੇਂ ਖਰਚਣਾ ਉਹ ਤੇ ਬਾਣੀ ਗਿਆ ਮਤਲਬ ਬਹੁਤਿਆਂ ਦਾ ਉਹ ਹੁਣ ਕੋਈ ਪੈਸਾ ਨਹੀਂ ਮਿਲਿਆ ਉਹ ਸਾਰੇ ਜਿਹੜੇ ਤੁਸੀਂ ਸਵਾਲ ਖੜਾ ਕਰਦੇ ਆ ਜਿਸ ਤਰ੍ਹਾਂ ਇਹਨਾਂ ਨੇ ਵੱਡੀ ਵੱਡੀ ਹਵਾ ਮੁਫਤ ਕੰਮ ਲਏ ਲੋਕਾਂ ਕੋ ਜੁੱਤੀਆਂ ਕਸਾਈਆਂ ਲੋਕਾਂ ਨੇ ਪਟ્રોલ ਕਾਰ ਸਾਰਾ ਕੁਝ ਕੀਤਾ ਪਰ ਜਿਹੜੀ ਫਸਲ ਵੱਢ ਗਈ ਉਹ ਕੇਜਰੀਵਾਲ ਲੈ ਗਿਆ ਉਹ ਜਾ ਕੇ ਅਡਾਨੀ ਦੇ ਗੋਦਾਨਾ ਗਦਾਮਾਂ ਵਾਂਗੂ ਆਪਣੇ ਗਦਾਮਾਂ ਚ ਪਾ ਗਿਆ ਹੁਣ ਉਹ ਆਪਣੀ ਮਰਜ਼ੀ ਨਾਲ ਬੋਰੀ ਕੱਢ ਦਾ ਮਰਜ਼ੀ ਨਾਲ ਵੰਡਦਾ ਮਰਜ਼ੀ ਨਾਲ ਹੀ ਕਿਸੇ ਨੂੰ ਤਾਂ ਛੁੱਟਦਾ ਕਿਸੇ ਨੂੰ ਥੱਲੇ ਕਰਦਾ ਕਿਸੇ ਨੂੰ ਮਨਿਸਟਰ ਬਣਾਉਂਦਾ ਕਿਸੇ ਨੂੰ ਮਨਿਸਟਰ ਤੋਂ ਫੜ ਕੇ ਥੱਲੇ ਜੇਲ੍ਹ 'ਚ ਦਿੰਦਾ ਆਪਣੇ ਤੌਰ ਤੇ ਉਹ ਸਾਰਾ ਕੰਮ ਚੱਲ ਰਿਹਾ ਇਹ ਮੇਰੇ ਵੀਰ ਜਿਹਨਾਂ ਨੇ ਜੁੱਤੀਆਂ ਕਸਾਈਆਂ ਗਾਂ ਤੋਂ ਸਿੱਖ ਲੈਣ ਇਹ ਜੋਗਿੰਦਰ ਯਾਦਵ ਨੇ ਇੱਕ ਵਾਰੀ ਬਹੁਤ ਦਿਰ ਪਹਿਲਾਂ ਕਿਹਾ ਸੀਗਾ ਇੰਨਾ ਦੇ ਵਰਕਰ ਉਦੋਂ ਆਪ ਸੀਗਾ ਉਹ ਜਨਮ ਨਵਾਂ ਨਵਾਂ ਨਿਕਲਿਆ ਸੀ ਉਹਨੇ ਆਪ ਦੇ ਵੱਡੀ ਇੱਕ ਰੈਲੀ 'ਚ ਕਿਹਾ ਸੀ ਕਿ ਇਹ ਤੁਹਾਨੂੰ ਖਚਰਾਂ ਵਾਂਗੂ ਵਰਤਣਗੇ ਬਾਅਦ ਵਿੱਚ ਜਦੋਂ ਚੋਣਾ ਹੋਣੀਆ ਘੋੜੇ ਕੋਈ ਹੋਰ ਹੀ ਹੋਣਗੇ ਜਿਹੜੇ ਚੋਣਾ ਦੇ ਵਿੱਚ ਖੜੇ ਕੀਤੇ ਜਾਣਗੇ ਤੇ ਜੇ ਤੁਸੀਂ ਖੋਤਿਆਂ ਤੇ ਖਚਰਾ ਵਾਂਗੂ ਕੰਮ ਕਰਦੇ ਰਹਿਣਾ ਫਿਰ ਸੁੱਟ ਕੇ ਤੇ ਕਰੀ ਜਾਇਓ ਪਰ ਬਾਅਦ ਵਿੱਚ ਪਛੰਡੇ ਨਾ ਮਾਰਿਓ ਫਿਰ ਬਾਅਦ 'ਚ ਨਾ ਕਿਉਂਕਿ ਸਾਡਾ ਕੁਝ ਨਹੀਂ ਬਣਿਆ ਹੁਣ ਜਿਹੜੀ ਹਾਲਤ ਆ ਉਹੀ ਐ ਅਗਲੇ ਕਹਿੰਦੇ ਆ ਅਸੀਂ ਇੰਨੀ ਮਿਹਨਤ ਕੀਤੀ 9-9 ਮਹੀਨੇ ਮਿਹਨਤ ਕੀਤੀ ਕਈਆਂ ਨੇ ਤੇ ਪੰਜ ਪੰਜ ਛੇ ਛੇ ਸਾਲ ਹੋ ਗਏ ਆ ਬਹੁਤ ਕਈ ਬੜੀ ਧੀਰ ਦੇ ਲੱਗੇ ਆ ਤੇ ਉਹ ਕਹਿੰਦੇ 12 ਸਾਲਾਂ ਬਾਅਦ ਤੇ ਰੂੜੀ ਦੀ ਵੀ ਸੁਣੀ ਜਾਂਦੀ ਹੈ ਸਾਡੀ ਤੁਸੀਂ 7-7 8-8 ਸਾਲ ਹੋ ਗਏ ਸਾਡੇ ਸਾਹਮਣੇ ਤੁਸੀਂ ਕੋਈ ਵੀ ਸਾਡੀ ਸੁਣਦਾ ਨਹੀਂ ਹੈ ਦਾ ਪਰ ਉਹ ਵੀਰ ਸਾਰੇ ਸਮਝ ਲੈਣ ਕਿ ਉਹ ਸੁਣੀ ਜਾਣੀ ਵੀ ਨਹੀਂ ਜੇ ਸੁਣਨੀ ਹੈ ਤੇ ਕੇਚਰੀਵਾਲ ਦੇ ਚਰਨੀ ਪਾਓ ਉੱਥੇ ਜਾ ਕੇ ਕੋਈ ਜੋ ਕਹਿੰਦਾ ਉਹਦੀਆਂ ਲੋੜਾਂ ਪੂਰੀਆਂ ਕਰੋ ਜਿਸ ਕਿਸਮ ਦੀ ਵੀ ਲੋੜ ਉਹਦੀ ਹੈਗੀ ਆ ਪਰ ਮੈਂ ਜ਼ਰੂਰੀ ਨਹੀਂ ਕਿ ਆਰਥਿਕ ਹੀ ਹੁੰਦੀ ਹੈ ਕਈ ਵਾਰੀ ਚਾਪਲੂਸੀ ਦੀ ਵੀ ਲੀਡਰ ਨੂੰ ਲੋਡ ਹੁੰਦੀ ਆ ਤੇ ਜਿਸ ਕਿਸਮ ਦੀ ਲੋਡ ਉਹਨਾਂ ਦੀ ਹੈਗੀ ਉਹ ਪੂਰੀ ਕਰੋ ਤੇ ਆਪਣੀ ਜਿਹੜੀ ਹੈ ਤੋਂ ਪਾਰਟੀ ਦੇ ਅੰਦਰ ਜੋ ਤੁਹਾਡੀਆਂ ਆਮੀਤਾਂ ਉਹ ਸ਼ਾਇਦ ਥੋੜੀਆਂ ਬਹੁਤ ਪੂਰੀਆਂ ਹੋ ਜਾਣ ਪਰ ਕੇਜਰੀਵਾਲ ਦੀ ਲਿਮਟ ਇਹ ਆ ਕਿ ਉਹਨੇ ਤੇ ਪੰਜਾਬ ਸਰਕਾਰ ਰਹੀ ਚੱਲਣਾ ਸਿੱਧਾ ਤੇ ਕੋਈ ਇੱਥੇ ਕਰ ਨਹੀਂ ਸਕਦਾ ਉਹ ਇਹਨਾਂ ਨੂੰ ਇਸ਼ਾਰਾ ਕਰ ਸਕਦਾ ਪਰ ਉਹ ਉਹਨਿਆਂ ਦੇ ਬੰਦਿਆਂ ਦਾ ਹੀ ਹੋਊ ਜਿੰਨੇ ਕ ਬੰਦੇ ਚਰਨਸ਼ੂ ਕਰ ਆਉਣਗੇ ਬਾਕੀ ਤੇ ਫਿਰ ਸੁਖਵਿੰਦਰ ਰੋਲੇ ਪਹਿਨਗੇ ਉਹ ਹਰ ਵਾਰੀ ਪੈਂਦੇ ਆ ਅੱਗੇ ਵੀ ਪੈਂਦੇ ਆ ਇਲੈਕਸ਼ਨ ਦੇ ਦੌਰਾਨ ਵੀ ਪੈਂਦੇ ਆ ਤੁਹਾਨੂੰ ਪਤਾ ਮਹਾਲੀ ਵਾਲੇ ਯੂਥ ਵਿੰਗ ਉਦੋਂ ਹੀ ਬਗਾਵਤ ਕਰਕੇ ਤੇ ਬਥੇਰਾ ਬੋਲ ਕੇ ਆਏ ਸੀ ਪਰ ਇਹਨਾਂ ਦਾ ਬਚਾ ਇਸ ਵਾਰੀ ਇਸ ਕਰਕੇ ਹੋ ਗਿਆ ਸੀ ਕਿ ਲੋਕ ਦੂਜੀਆਂ ਪਾਰਟੀਆਂ ਨੂੰ ਤਿੱਤੇ ਚਿਮਟੇ ਨਾਲ ਨਹੀਂ ਸੀ ਸੂਣਾ ਚਾਹੁੰਦੇ ਰਵਾਇਤੀ ਪਾਰਟੀਆਂ ਨੂੰ ਤੇ ਉਹਨਾਂ ਨੇ ਕਿਹਾ ਕਿ ਇੱਧਰ ਹੋਵੇ ਬੰਦਾ ਇੱਧਰ ਹੋਵੇ ਘੋੜਾ ਇੱਧਰ ਹੋਵੇ ਜੋ ਮਰਜੀ ਅਸੀਂ ਇੱਥੇ ਵੋਟਾਂ ਇਧਰ ਹੀ ਪਾਉਣੀਆਂ ਐ ਕਿ ਤੇ ਲੋਕਾਂ ਨੇ ਚੰਗਾ ਹਲਾਰਾ ਦਿੱਤਾ ਪਰ ਇਹਦਾ ਮਤਲਬ ਇਹ ਨਹੀਂ ਕਿ ਲੋਕਾਂ ਦੀਆਂ ਉਮੀਦਾਂ ਖਤਮ ਹੋ ਗਈਆਂ ਉਸ ਦਾ ਕਸਾਰਾ ਤੇ ਉਸ ਦੀ ਜਵਾਬ ਦੇ ਇਹਨਾਂ ਦੇ ਲਈ ਸਿਰ ਤੇ ਲਗਾਤਾਰ ਖੜੀ ਰਹੂਗੀ ਜੀ ਪਾਰਟੀ ਨੂੰ ਖੋਰਾ ਤਾਂ ਲੱਗਣਾ ਚਲੋ ਜਿਸ ਤਰੀਕੇ ਨਾਲ ਸ਼ੁਰੂ ਹੋ ਚੁੱਕਿਆ ਬਗਾਵਤ ਵੀ ਮਾੜੀ-ਮੋਟੀ ਕਿਤੇ ਉਧਰ-ਉਧਰ ਆਵਾਜ਼ਾਂ ਸੁਣਨ ਨੂੰ ਮਿਲ ਜਾਂਦੀਆਂ ਜਿੱਤੇ ਤੱਕ ਗੱਲ ਤੁਸੀਂ ਰਿਸ਼ਵਤਕੋਰੀ ਦੀ ਕੀਤੀ ਆ ਮੇਰੇ ਧਿਆਨ ਚ ਆਇਆ ਕਿ ਅੱਜ ਵੀ ਜਦੋਂ ਦਫਤਰਾਂ 'ਚ ਜਾਓ ਨਾ ਤੇ ਉਹ ਰਿਸ਼ਵਤਖੋਰ ਜਿਹੜੇ ਨੇ ਉਹ ਉਸੇ ਤਰ੍ਹਾਂ ਮੂੰਹ 'ਤੇ ਝਾਕਦੇ ਨੇ ਕਿ ਕੁਝ ਦੇ ਜਾਣਗੇ ਤੇ ਅਗੋ ਬੰਦਾ ਵੀ ਕਹਿ ਦਿੰਦਾ ਕਿ ਦਈਏ ਕੋਈ ਤੁਹਾਨੂੰ ਕੋਈ ਚਾਹ ਪਾਣੀ ਦਾ ਖਰਚਾ ਤੇ ਉਹ ਕਹਿੰਦੇ ਨਾ ਨਾ ਸਾਨੂੰ ਜ਼ਰੂਰਤ ਨਹੀਂ ਹੈਗੀ ਪਰ ਫਿਰ ਵੀ ਅੰਦਰੋਂ ਤਾਂ ਮਨ ਚਾਹੁੰਦਾ ਹੈ ਉਹਨਾਂ ਦਾ ਵੀ ਕਿਤੇ ਇਹ ਨਾ ਹੋਵੇ ਵੀਡੀਓ ਬਣਾ ਲੈਣ ਇਸ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਚੱਲਦੇ ਰਹਿੰਦੇ ਮੈਂ ਪ੍ਰੋਫੈਸਰ ਨਾਲ ਗੱਲ ਕਰਨੀ ਸੀ ਕਿ ਸਾਬਕਾ ਮੰਤਰੀ ਵਿਜੇ ਸਿੰਗਲਾ ਜਿਹੜੇ ਨੇ ਉਹਨਾਂ ਨੂੰ ਜ਼ਮਾਨਤ ਦੇਣੀ ਹੈ ਜਾਂ ਨਹੀਂ ਦੇਣੀ ਇਹਦੀ ਚਰਚਾਵਾ ਚੱਲ ਰਹੀ ਹੈ ਮਾੜਯੋਗ ਹਾਈ ਕੋਰਟ ਤੇ ਗੱਲ ਗਈ ਉੱਥੋਂ ਕਾਫੀ ਝੜਚੰਬ ਹੋਈ ਕਹਿੰਦੇ ਪੰਜਾਬ ਸਰਕਾਰ ਦੀ ਹਾਂ ਦੇਖੋ ਇਹਦੇ ਜਿਹੜੇ ਏਜੀ ਹੈਗੇ ਆ ਉਹਨਾਂ ਦਾ ਵੀ ਇਸ ਤਰ੍ਹਾਂ ਦਾ ਹੀ ਕੋਈ ਪਤਾ ਲੱਗਾ ਐਟੀਟਿਊਡ ਹੈਗਾ ਕਿ ਉਹ ਸਰਕਾਰ ਨਾਲ ਗੱਲ ਕਰਕੇ ਉੱਥੇ ਜਵਾਬ ਦੇਣਗੇ ਗੱਲ ਕੀ ਕਰਨੀ ਆ ਹੁਣ ਜਿਸ ਕਿਸਮ ਦਾ ਕੇਸ ਬਣਿਆ ਕੇਸ ਕਾਫੀ ਵੀਕ ਹੈਗਾ ਉਈ ਵੱਡੀ ਲੈ ਨਹੀਂ ਜਾਂ ਤੇ ਵੱਡੀ ਲੈ ਲੀ ਹੋਵੇ ਫਿਰ ਉਹਦੇ ਚ ਵਿਟਨੈਸ ਹੁੰਦੇ ਕਈ ਕੁਛ ਹੁੰਦੇ ਆ ਹੈਨਾ ਉਹ ਤੇ ਬਸ ਪਤਾ ਨਹੀਂ ਹੈ ਕਿ ਤਤਪੜਤ ਦੀ ਕਿਸ ਕਿਸਮ ਨਾਲ ਚੱਲਦਾ ਆ ਕਿਤੇ ਮੈਨੂੰ ਲੱਗਦਾ ਕਿਤੇ ਵੱਡੇ ਪੱਧਰ ਤੇ ਬਗਾਵਤਾਂ ਨਾ ਹੋ ਜਾਣ ਬੰਦੇ ਨੂੰ ਫੜਦੇ ਆ ਜਿ ਤਰ੍ਹਾਂ ਸਟਿੰਗ ਆਪਰੇਸ਼ਨ ਹੋ ਗਿਆ ਛੋਟੇ ਪੁਰ ਨੂੰ ਕਿਵੇਂ ਕੀਤਾ ਸੀ ਮੈਨੂੰ ਦੱਸੋ ਇਹ ਇੱਕ ਕਲਾਸਿਕ ਕੇਸ ਆ ਛੋਟੇਪੁਰ ਦਾ ਪਾਰਟੀ ਦਾ ਸਰਵਉੱਤਮ ਸੂਬੇ ਦਾ ਲੀਡਰ ਹੋਵੇ ਕਿਸੇ ਕੋਲੋਂ ਤੁਸੀਂ ਢੰਗ ਦੇ ਨਾਲ ਇੱਕ ਸਟਿੰਗ ਆਪਰੇਸ਼ਨ ਕਰਾਇਆ ਕਿਉਂਕਿ ਉਹਨੂੰ ਕੱਢਣਾ ਸੀ ਕਿਉਂਕਿ ਉਹਨੂੰ ਥੱਲੇ ਲਾਉਣਾ ਸੀਗਾ ਤੇ ਉਹ ਕੱਢ ਕੇ ਥੱਲੇ ਲਾ ਕੇ ਮਗਰੋਂ ਤੁਸੀਂ ਪ੍ਰੈਸ ਕਾਨਫਰੰਸ ਸਾਹਬ ਦੇ ਵਿਰੁੱਧ ਕਰਤੀਆਂ ਸਾਰਾ ਕੁਝ ਕਰਤਾ ਅੱਜ ਤੱਕ ਉਹ ਸਬੂਤ ਪੇਸ਼ ਨਹੀਂ ਕੀਤੇ ਉਹੀ ਹਾਲਤ ਸਿੰਗਲੇ ਦੀ ਹੋਣੀ ਹੈ ਕਿਉਂਕਿ ਸਿਸਟਮ ਦੇ ਵਿੱਚ ਜਦੋਂ ਤੁਸੀਂ ਕਿਸੇ ਨੂੰ ਐਡੀ ਵੱਡੀ ਪੋਜੀਸ਼ਨ ਤੋਂ ਮਿਨਿਸਟਰੀ ਤੋਂ ਚੱਕ ਕੇ ਪਰ੍ਹਾਂ ਮਾਰਦੇ ਮਿੰਟ ਚੋਂ ਦੀ ਤੇ ਕੋਟਾਂ ਆਪਣੇ ਢੰਗ ਨਾਲ ਕਾਨੂੰਨਾਂ ਢੰਗ ਨਾਲ ਸੰਵਿਧਾਨ ਦੇ ਜਿਹੜੇ ਜਿਸ ਤਰੀਕੇ ਨਾਲ ਬਣੇ ਹੋਏ ਸਾਰੇ ਨਿਯਮ ਉਹਦੇ ਚ ਦੇਖ ਕੇ ਸਜਾਵਾਂ ਵੱਲ ਨੂੰ ਤੋੜ ਦੀਆਂ ਇਸ ਲਈ ਮੇਰਾ ਖਿਆਲ ਹੈ ਕਿ ਜੋ ਦਬਾਅ ਬਣਿਆ ਆ ਸਰਕਾਰ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤੇ ਉਹਨਾਂ ਦੇ ਅਟਾਰਨੀ ਜਨਰਲ ਤੇ ਉਸ ਤੋਂ ਉਮੀਦ ਲੱਗਦੀ ਹੈ ਕਿ ਸ਼ਾਇਦ ਵਿਜੇ ਸੰਗਲਾ ਨੂੰ ਜਲਦੀ ਕੋਰਟ ਦੇ ਵਿੱਚ ਕੋਈ ਨਾ ਕੋਈ ਰਾਹਤ ਮਿਲ ਜੇ ਜੀ ਮੈਂ ਅਗਲੀ ਗੱਲ ਪ੍ਰੋਫੈਸਰ ਨਾਲ ਕਰਨ ਲੱਗਾ ਬੇਦਬੀ ਵਾਲੇ ਮਸਲੇ ਉੱਤੇ ਸਰਕਾਰ ਦੇ ਵੱਲੋਂ ਵੀ ਜਿਹੜੇ ਖਜ਼ਾਨਾ ਮੰਤਰੀ ਨੇ ਹਰਪਾਲ ਜੀ ਮੋਂ ਉਹਨਾਂ ਨੇ ਅੱਗੇ ਆ ਕੇ ਪ੍ਰੈਸ ਕਾਨਫਰੰਸ ਕੀਤੀ ਆ ਤੇਦਰੋ ਅਕਾਲੀ ਦਲ ਨਾਲੇ ਵੀ ਲੱਗੇ ਨੇ ਕਿ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਬੇਦਬੀ ਵਾਲਿਆਂ ਨੂੰ ਫਾਹੇ ਲਾ ਦਿਓ ਜਿਨ੍ਹਾਂ ਨੇ ਬੇਦਬੀ ਕੀਤੀ ਆ ਇਹ ਮਸਲਾ ਜਿਹੜਾ ਇਹ 2015 ਦਾ ਮੋਗੇ ਦੇ ਲਾਗੇ ਬੇਦਬੀ ਹੋਈ ਸੀਗੀ ਉਸ ਮਾਮਲੇ ਦੇ ਵਿੱਚ ਸਜ਼ਾਵਾਂ ਹੋਈਆਂ ਡੇਰਾ ਪ੍ਰੇਮੀਆ ਨੂੰ ਮੈਂ ਨਾਲੋਂ ਨਾਲ ਇਹਦੇ ਨਾਲ ਇਹ ਵੀ ਜੋੜਾਂ ਕਿ ਅੱਜਕੱਲ ਚਰਚਾ ਜਿਹੜੀ ਹੈ ਉਹ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵਾਰ ਫੇਰ ਤੋਂ ਉਸੇ ਢੰਗ ਨਾਲ ਹੋਣ ਲੱਗ ਗਈ ਜਿਵੇਂ ਪਹਿਲਾਂ ਹੁੰਦੀ ਸੀਗੀ ਇੱਕ ਦੋ ਖਬਰਾਂ ਇਹਦੇ ਨਾਲ ਹੀ ਜੁੜਦੀਆਂ ਕਿ ਇੱਕ ਤਾਂ ਪਿਛਲੇ ਦਿਨੀ ਚਰਚਾ ਚੱਲੀ ਸੀ ਕਿ ਜੀ ਉਹ ਨਕਲੀ ਹੈ ਮਾਨਯੋਗ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਕਿਹੜੇ ਪਾਸੇ ਤੁਰ ਕੇ ਕੋਈ ਕੋਈ ਫਿਕਸ਼ਨ ਮੂਵੀ ਤਾਂ ਨਹੀਂ ਦੇਖ ਲਈ ਤੇ ਦੂਜੇ ਪੱਲੇ ਇਹ ਵੀ ਚਰਚਾਵਾਂ ਚੱਲ ਰਹੀਆਂ ਕਿ ਰਾਮ ਰਹੀਮ ਦਾ ਜਿਹੜਾ ਡੇਰਾ ਸਲਾਬਤਪੁਰਾ ਉਹ ਖਬਰਾਂ ਸਾਹਮਣੇ ਨੇ ਉਦੇ ਬਾਅਦ ਖਾਲਸਾਤਾਨ ਦੇ ਨਾਰੇ ਲਾਗੇ ਜਾਂ ਕਹਿ ਤਾ ਕਿ ਅਸੀਂ ਬਦਲਾ ਲਵਾਂਗੇ ਉਧਰੋਂ ਗੁਰਪਤਵੰਤ ਪੰਨੂ ਨੇ ਕਹਿ ਤਾ ਕਿ ਸਾਰਾ ਕੁਝ ਸਾਡਾ ਕੀਤਾ ਕਰਾਇਆ ਇਹ ਐਡਾ ਲੱਗਦਾ ਕਿ ਪੰਜਾਬ ਦੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਹਵਾ ਦਿੱਤੀ ਜਾ ਰਹੀ ਹੈ ਫੇਰ ਦੁਬਾਰਾ ਉਸੇ ਢੰਗ ਦੇ ਨਾਲ ਜਿਹੜੀ ਅਕਾਲੀ ਦਲ ਦੇ ਵੇਲੇ ਰਹੀ ਜਾਂ ਬੇਅਦਬੀਆਂ ਦਾ ਮਸਲੇ ਜਾਂ ਉਹ ਸਾਰਾ ਕੁਝ ਪੂਰੇ ਦੇਸ਼ ਦੇਸ਼ ਵਿੱਚ ਹੀ মিডিਆ ਰਾਹੀਂ ਰਾਜਨੀਤਿਕ ਪਾਰਟੀਆਂ ਨੇ ਲੋਕਾਂ ਦੇ ਏਜੰਡੇ ਡਿਸਕਸ਼ਨ ਦੇ ਇਹੋ ਜਿਹੇ ਖੜੇ ਕਰਤੇ ਆ ਇਹ ਉੱਥੇ ਬੋਲਡੋਜ਼ਰ ਫੇਰਦਾ ਉੱਥੇ ਉਹਨੂੰ ਫੜ ਲਿਆ ਉਹ ਹਿੰਦੂ ਦੇ ਨਾਲ ਇੰਜ ਹੋ ਗਿਆ ਮੁਸਲਮਾਨ ਦੇ ਨਾਲ ਜਾਨੀ ਇੰਜ ਲੱਗਦਾ ਜਾਂ ਤੇ ਇੱਥੇ ਜਾਤੀਗਤ ਲੋਕ ਰਹਿੰਦੇ ਆ ਜਾਂ ਧਰਮਾਂ ਦੇ ਲੋਕ ਰਹਿੰਦੇ ਆ ਜਿਵੇਂ ਲੋਕ ਨਾ ਭਾਰਤੀ ਕੋਈ ਨਾ ਰਹਿੰਦਾ ਹੋਵੇ ਹਮ ਇਹੋ ਜੀ ਹਾਲਤ ਬਣਾਤੀ ਆ ਕਿ 24 ਘੰਟੇ ਕੋਈ ਨਾ ਕੋਈ ਰੇਡ ਦਾ ਕਦੀ ਡੇਰੇ ਦੇ ਨਾਂ ਤੇ ਕਦੀ ਧਰਮ ਦੇ ਨਾਂ ਤੇ ਕਦੀ ਕਿਧਰੋਂ ਇਹ ਹੀ ਸਾਰੀ ਦਿਹਾੜੀ ਤੁਹਾਨੂੰ ਸੁਣਨ ਨੂੰ ਮਿਲਦਾ ਲੋਕਾਂ ਨੂੰ ਦੇਖੋ ਕੋਈ ਦੇਸ਼ ਦੇ ਵਿੱਚ ਧਰਮ ਨੂੰ ਕਿਸੇ ਨੂੰ ਖਤਰਾ ਹੈ ਕੀ ਹਿੰਦੂ ਧਰਮ ਨੂੰ ਖਤਰਾ ਜਾਂ ਸਿੱਖ ਧਰਮ ਨੂੰ ਖਤਰਾ ਹਾਂ ਜਿਨ੍ਹਾਂ ਨੂੰ ਧਰਮ ਦਾ ਨਾਂ ਲੈ ਕੇ ਵੋਟਾਂ ਮਿਲਦੀਆਂ ਜਾਂ ਜਿਨ੍ਹਾਂ ਦਾ ਧਰਮ ਦੇ ਨਾਂ ਦੇ ਉੱਤੇ ਇੱਕ ਬਿਜ਼ਨਸ ਚੱਲ ਰਿਹਾ ਰੋਟੀ ਪਾਣੀ ਹਲਵਾ ਮੰਡਾ ਚੱਲ ਰਿਹਾ ਉਹ ਜ਼ਰੂਰ ਕਰੀ ਇਧਰੋਂ ਚਵਾਂਤੀ ਲਾਉਂਦੇ ਕਰੀ ਉਧਰੋਂ ਚਵਾਂਤੀ ਲਾਉਂਦੇ ਨਾ ਤੇ ਧਰਮ ਨੂੰ ਖਤਰਾ ਨਾ ਧਰਮ ਨੂੰ ਜਿਹੜੇ ਉਹਦੇ ਫਾਲੋਅਰ ਆ ਬਲੀਵਰ ਹੈਗੇ ਆ ਉਹਨਾਂ ਨੂੰ ਕਿਸੇ ਕਿਸਮ ਦੀ ਇਸ ਕਿਸਮ ਦੀ ਇਹ ਚਿੰਤਾ ਜਾਂ ਕੋਈ ਉਹਨਾਂ ਨੂੰ ਲੱਗਦਾ ਕਿ ਸਾਡਾ ਧਰਮ ਬਹੁਤ ਖਤਰੇ 'ਚ ਹੈ ਇਸ ਕਰਕੇ ਆਪਾਂ ਛਪਾਈ ਬਣ ਕੇ ਖੜੇ ਹੋ ਜਾਈਏ ਉਹਨਾਂ ਨੂੰ ਦਾ ਕਿਸੇ ਨਾ ਕਿਸੇ ਪਲੇਟਫਾਰਮ ਤੇ ਲਿਆ ਕੇ ਕਿਸੇ ਮਾਹੌਲ ਤੇ ਲਿਆ ਕੇ ਪੜਕਾ ਕੇ ਵਰਤਿਆ ਜਾਂਦਾ ਹਮੇਸ਼ਾ ਵਰਤਿਆ ਜਾਂਦਾ ਉਹੋ ਜਿਹੇ ਹਾਲਾਤ ਤੇ ਦੁਬਾਰਾ ਪੰਜਾਬ ਦੇ ਵਿੱਚ ਵੀ ਤੇ ਦੇਸ਼ ਦੇ ਵਿੱਚ ਵੀ 2024 ਦੀਆਂ ਚੋਣਾਂ ਦੀਆਂ ਮਸ਼ਕਾਂ ਸਮਝ ਲਓ ਇਹ ਪਹਿਲੀਆਂ ਤਿਆਰੀਆਂ ਹੋ ਰਹੀਆਂ ਨੇ ਕਿਉਂਕਿ 2024 ਦੀਆਂ ਇਹ ਵੱਡੀਆਂ ਚੋਣਾਂ ਬੀਜੇਪੀ ਲਈ ਉਹ ਬਹੁਤ ਅਹਿਮ ਚੋਣਾ ਉਦੋਂ ਬਾਅਦ ਬੀਜੇਪੀ ਸਮਝਦੀ ਕਿ ਫੇਰ ਅਸੀਂ ਹੋ ਸਕਦਾ 20-25 ਸਾਲ ਹੋਰ ਕੱਢ ਜਾਗੇ ਇਹ ਚੋਣਾ ਉਹ ਪੂਰਾ ਜੋਰ ਇਹੋ ਜੀ ਰਾਜਨੀਤੀ ਅੱਗੇ ਲਿਆ ਕੇ ਕਰਨਗੇ ਸਲਾਬਤ ਜਿਹੜੀ ਪਹਿਲੀ ਗੱਲ ਤੁਸੀਂ ਕਹੀ ਹੈ ਕਿ ਜਿਹੜੇ ਕੋਰਟ ਵਿੱਚ ਪਹੁੰਚ ਗਏ ਉਹਨਾਂ ਦੇ ਕੁਝ ਪੈਰੋਕਾਰ ਇਹ ਦੱਸ ਕੇ ਕਿ ਝਾਲੀ ਹੈ ਨਕਲੀ ਹੈ ਜਿਹੜਾ ਰਾਮ ਰਹੀਮ ਅੰਦਰ ਜਿਹੜਾ ਪਰੋਲ ਤੇ ਬਾਹਰ ਗਿਆ ਬੜੀ ਹੈਰਾਨੀ ਦੀ ਗੱਲ ਹੈ ਵੀ ਇਹੋ ਜਿਹਾ ਕੋਈ ਏ ਬੰਦਿਆਂ ਦੇ ਭੂਤ ਵੀ ਅੰਦਰ ਰਹਿਣ ਲੱਗ ਪਏ ਵੀ ਇਹ ਭੂਤ ਬਣ ਕੇ ਇੱਕ ਦਿਨ ਛਲੇਡੇ ਵਾਂਗੂ ਬਾਹਰ ਬੰਦਾ ਬਣ ਜਾਂਦਾ ਫਿਰ ਅੰਦਰ ਭੂਤ ਬਣ ਜਾਂਦਾ ਫਿਰ ਉਹ ਇਤੇ پری ਕਹਾਣੀਆਂ ਹੁੰਦੀਆਂ ਠੀਕ ਕੋਟ ਨੇ ਇਹੋ ਜਿਹੀ ਕਮੈਂਟ ਕਰਨੀ ਸੀ ਵੀ ਤੁਸੀਂ ਸੁੱਤੇ ਪਏ ਤੁਰੇਦ ਨਹੀਂ ਫਿਰਦੇ ਜਿਵੇਂ ਸੁਪਨੇ ਚ ਬੰਦਾ ਬਣਾਉਂਦਾ ਹੁੰਦਾ ਵੀ ਇਸ ਤਰ੍ਹਾਂ ਕਿਸ ਤਰ੍ਹਾਂ ਹੁੰਦਾ ਉਥੇ ਪੂਰਾ ਹੱਥ ਦੀਆਂ ਲਕੀਰਾਂ ਵਗੈਰਾ ਸਾਰਾ ਕੁਝ ਅੱਜ ਕੱਲ ਤੇ ਬਹੁਤ ਸਿਸਟਮ ਟਕੜਾ ਤੁਹਾਡੇ ਕੰਨਾਂ ਦੀ ਸ਼ੇਪ ਤੁਹਾਡੀਆਂ ਅੱਖਾਂ ਦਾ ਰੈਟੀਨਾ ਇਹਦਾ ਸਾਰਾ ਇੰਪ੍ਰਿੰਟਿੰਗ ਬੰਦਾ ਪੀ ਬਿਲਕੁਲ ਕਿੱਥੋਂ ਲਵ ਲੋਗੇ ਤੁਸੀਂ ਇੰਜ ਦੇ ਕਿਸੇ ਦਾ ਵੀ ਕੋਈ ਫਿੰਗਰਪ੍ਰਿੰਟ ਆ ਜਿਹੜਾ ਨਾ ਫੋਨ ਨਹੀਂ ਖੋਲਦੇ ਫਿਰ ਅੰਗੂਠੇ ਦੇ ਨਾਲ ਉਹ ਤੁਹਾਡੇ ਅੰਗੂਠੇ ਨਾਲ ਹੀ ਖੋਲਦੇ ਆ ਫੋਨ ਜਦੋਂ ਇੱਕ ਵਾਰੀ ਫਿੰਗਰਪ੍ਰਿੰਟ ਰੀਡ ਕਰ ਲਿਆ ਇਹ ਥੋੜਾ ਵੀ ਨਿਆਣੇ ਦੇ ਨਾਲ ਵੀ ਨਹੀਂ ਖੋਲਦੇ ਘਰ ਦੀ ਦੇ ਨਾਲ ਵੀ ਨਹੀਂ ਖੁੱਲਦਾ ਕਿਸੇ ਦਾ ਨਾਲ ਨਹੀਂ ਹੋਰ ਖੁੱਲਦਾ ਕਿਉਂਕਿ ਉਹ ਯੂਨੀਕ ਆ ਸਾਰਿਆਂ ਦਾ ਹੀ ਅਲੱਗ ਹੈਗਾ ਇਹ ਕੰਮ ਬੜੀ ਹਾਸੇ ਵਾਲੀ ਗੱਲ ਪਰ ਹਾਸੇ ਦੇ ਪਿੱਛੇ ਇੱਕ ਜੇ ਪੋਲਿਟਿਕਸ ਦੇਖੋ ਤਾਂ ਕੀ ਹੋਗੀ ਇੱਕ ਤੇ ਇਹ ਹੋਊਗੀ ਕਿ ਜਿਹੜਾ ਅਸਲੀ ਰਾਮ ਰਹੀਮ ਆ ਉਹ ਤੇ ਮਾਰ ਖਾਪ ਗਿਆ ਜਾਂ ਕਿਤੇ ਚਲਾ ਗਿਆ ਜਾਂ ਮਾਰਤਾ ਜਾਂ ਉਹ ਕਿਤੇ ਭੱਜ ਗਿਆ ਐ ਤੇ ਨਕਲੀ ਆ ਇਸ ਕਰਕੇ ਇਹਦੇ ਪਿੱਛੇ ਨਾ ਪਿਓ ਜੇ ਬਾਹਰ ਆਇਆ ਤੇ ਪ੍ਰੋਟੈਕਸ਼ਨ ਲਈ ਪੀਏ ਤੇ ਵਿਚਾਰਾ ਐਵੇਂ ਹੀ ਆ ਦੂਜੀ ਇਹਦੇ ਚ ਇਹ ਹੋ ਸਕਦੀ ਹੈ ਕਿ ਬੰਦਿਆਂ ਨੇ ਉਹਨੂੰ ਮਾਰਤਾ ਇਹਨੂੰ ਰਾਮ ਰਹੀਮ ਨਹੀਂ ਆਏਗਾ ਇਹ ਨਕਲੀ ਆ ਫਿਰ ਸੱਤਾ ਕਿਸੇ ਹੋਰ ਨੂੰ ਫੜਾਓ ਜਿਹੜੇ ਬਾਹਰ ਬੈਠੇ ਆ ਕੋਜ਼ ਗੱਦੀ ਤੇ ਕਬਜ਼ਾ ਕਰਨ ਦੀ ਵੀ ਇੱਕ ਤਰਕੀਬ ਹੋ ਸਕਦੀ ਹੈ ਤੇ ਇਹੋ ਜਿਹਾ ਧਰਮ ਦੇ ਵਿੱਚ ਜਾਂ ਪੋਲਿਟਿਕਸ ਵਿੱਚ ਸਾਰਾ ਕੁਝ ਚੱਲਦਾ ਰਹਿੰਦਾ ਇੱਕ ਤੇ ਇਹ ਗੱਲ ਜਿਹੜੀ ਸਭ ਤੋਂ ਜ਼ਿਆਦਾ ਫਿਕਰਮੰਦੀ ਵਾਲੀ ਗੱਲ ਹੈ ਜਿਹੜੀ ਤੁਸੀਂ ਅੱਜ ਸਲਾਬਤਪੁਰੇ ਜਿੱਥੇ ਰਾਮ ਰੀਮ ਉਹਨਾਂ ਦਾ ਡੇਰਾ ਉੱਥੇ ਕੰਧਾਂ ਦੇ ਉੱਤੇ ਖਾਲਸਾ ਦੇ ਨਾਰੇ ਜੇ ਉਹ ਇਹ ਕਰਾਂਗੇ ਉਹ ਕਰਾਂਗੇ ਉਹੋ ਜਿਹਾ ਕੁਝ ਲਿਖੇ ਗਏ ਔਰ ਉਹਦੀ ਆਵਾਜ਼ ਜਾ ਕੇ ਗੁਰਪਤਵੰਤ ਸਿੰਘ ਪੰਨੂ ਹੁਣਾ ਦੇ ਉਸ ਏਰੀਏ ਚੋਂ ਵੀ ਅਮਰੀਕਾ ਚੋਂ ਵੀ ਆਈ ਅੱਗੇ ਰਿਸਪਾਂਸ ਮਿਲੇ ਆ ਵੀ ਹਾਂ ਚੱਕ ਦਿਆਂਗੇ ਫੱਟੇ ਜੇ ਉਹ ਇਹੋ ਜੀਆਂ ਗੱਲਾਂ ਸੁੰਨ ਚ ਮਿਲਟਰੀਆਂ ਮੀਡੀਆ ਤੇ ਚੱਲ ਰਹੀਆਂ ਖਾਸ ਕਰਕੇ ਸੋਸ਼ਲ ਮੀਡੀਆ ਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਪੁਲਿਸ ਇਨਕੁਆਇਰੀ ਕਰ ਰਹੀ ਆ ਕਿ ਉਹ ਕਨੇ ਨਾਰੇ ਲਿਖੇ ਤਿੰਨ ਕੰਡਾਂ ਤੇ ਲਗ ਲਗ ਜਗ੍ਹਾ ਨਾਰੇ ਲਿਖੇ ਇਸ ਤੋਂ ਇੱਕ ਚੀਜ਼ ਤੇ ਸਮਝ ਲਓ ਕਿ ਏ ਪੰਜਾਬ ਦੇ ਅੰਦਰ ਫਿਰਕਾ ਪ੍ਰਸਤੀ ਵਾਲਾ ਦੁਬਾਰਾ ਮਾਹੌਲ ਖੜਾ ਕਰਨ ਲਈ ਬੁੜੀਆਂ ਕੋਸ਼ ਉਹ ਪਟਿਆਲੇ ਦੇ ਵਿੱਚ ਅਚਾਨਕ ਮੰਦਰ ਵਾਲੇ ਬੰਦੇ ਜਿਹੜੇ ਐ ਉਹਨਾਂ ਨੂੰ ਕਿੱਥੋਂ ਆ ਗਿਆ ਵੀ ਅਸੀਂ ਮਾਰਚ ਰੋਕਣਾ ਜੀ ਭਿੰਡਰਾਂ ਵਾਲੇ ਦਾ ਫਲਾਣਾ ਕਰਨਾ ਟੰਗਣਾ ਇਹ ਇਹ ਉਸੇ ਹੀ ਚੀਜ਼ਾਂ ਦਾ ਹਿੱਸਾ ਕਿ ਪੰਜਾਬ ਦੇ ਅੰਦਰ 24 ਘੰਟੇ Hindu Sikh ਦਾ ਇਹੋ ਜਿਹਾ ਏਜੰਡਾ ਸੈੱਟ ਕੀਤਾ ਜਾਏ ਕਿ ਉਹ ਲੋਕ ਜਿਹੜੇ ਆ ਹਿੰਦੂ ਸਾਰੇ ਇੱਕ ਜਗ੍ਹਾ ਤੇ ਇਕੱਠੇ ਹੋ ਜਾਣ ਉਹਨਾਂ ਦੀ ਗਿਣਤੀ ਕਾਫੀ ਵੱਡੀ ਹੈ ਬੀਜੇਪੀ ਉਹਦਾ ਲਾਹਾ ਲੈਣਾ ਚਾਹੁੰਦੀ ਹੈ ਦੂਜੇ ਪਾਸੇ ਅਕਾਲੀ ਦਲ ਦੇ ਨਾਲ ਗਾਟੀ ਪਾਈ ਲਈ ਹੈ ਪਿੰਡਾਂ ਵਿੱਚੋਂ ਜਿਹੜੀ ਸਿੱਖ ਵੋਟ ਆ ਉਹਨਾਂ ਨਾਲ ਕੋਈ ਨਾ ਕੋਈ ਸਕੀਮ ਲਾ ਕੇ ਉਧਰੋਂ ਕਰਨਗੇ 2024 ਦੀਆਂ ਤਿਆਰੀਆਂ ਤੇ ਉਹਦੇ ਵਿੱਚ ਰਾਮ ਰਹੀਮ ਜਾਂ ਹੋਰ ਕੋਈ ਵੀ ਡੇਰੇ ਵਾਲੇ ਇਸ ਕਿਸਮ ਦੀ ਪੋਲਰਾਈਜੇਸ਼ਨ ਥਰੂ ਵੀ ਕਰਨ ਲਈ ਧਰਮਾਂ ਦੇ ਪੱਦਰ ਦੇ ਉਤੇ ਇਹਨਾਂ ਨੂੰ ਜਿਵੇਂ ਉਹ ਨਿੰਬੂ ਹੈ ਇਹ ਦੁੱਧ ਚ ਗਰਮ ਦੁੱਧ ਚ ਨਿੰਬੂ ਪਾਓ ਤੇ ਕੀ ਹੁੰਦਾ ਪੜ ਜਾਂਦਾ ਸਾਰਾ ਹਾਂ ਉਥੇ ਤੇ ਪਨੀਰ ਕੰਮ ਆਉਂਦਾ ਇੱਥੇ ਤੇ ਖੂਨ ਹੀ ਖੂਨ ਹੁੰਦਾ ਬੰਬ ਵੀ ਚੱਲਦੇ ਆ ਤੁਹਾਨੂੰ ਪਤਾ ਹੀ ਜਿਵੇਂ ਪਿੱਛੇ ਚੱਲੇ ਤੇ ਮਰੇ ਲੋਕ ਇਸ ਲਈ ਇਹ ਜਿਹੜੇ ਨਵੇਂ ਧਰੂਵੀ ਕਰਨ ਦੇ ਨਵੇਂ ਨਿੰਬੂ ਨਿਕਲੇ ਆ ਇਨਾਂ ਨੇ ਸਮਾਜ ਦੇ ਅੰਦਰ ਫੁੱਟ ਪਾਉਣੀ ਜਾਂ ਸਮਾਜ ਦੇ ਅੰਦਰ ਆਪਸ ਵਿੱਚ ਬੇਪਰੋਸਕੀ ਪੈਦਾ ਕਰਨੀ ਉਧਰ ਨੂੰ ਚੱਲਣ ਦਾ ਲੋਕਾਂ ਨੂੰ ਸਾਡੇ ਵੀਰਾਂ ਨੂੰ ਇਸ ਗੱਲ ਤੋਂ ਬਿਲਕੁਲ ਸਪਾਰਕ ਰਹਿਣਾ ਚਾਹੀਦਾ ਕਿ ਇਹ ਏਜੰਸੀਆਂ ਵੱਲੋਂ ਕਿਸੇ ਨਾ ਕਿਸੇ ਚੀਜ਼ ਨੂੰ ਵਰਤ ਕੇ ਮਿੰਤ ਇਹ ਵੀ ਡਾਰਿਆ ਕਿ ਕਿਤੇ ਆਪਣੇ ਨਵੇਂ-ਨਵੇਂ ਜਿਹੜੇ ਸੰਸਦ ਸਿਮਰਨਜੀਤ ਸਿੰਘ ਮਾਨਸਾਭ ਹੈ ਕਿਉਂਕਿ ਉਹਨਾਂ ਦੀ ਭਾਸ਼ਾ ਵੀ ਬੜੀ ਗਰਮ ਹੁੰਦੀ ਆ ਪਿੱਛੇ ਜੀ ਇਹ ਵੀ ਚੱਲਿਆ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ 'ਚ ਭਿੰਡਰਾਂ ਵਾਲੇ ਦੀ ਫੋਟੋ ਲੱਗਣੀ ਕਿ ਨਹੀਂ ਲੱਗਣੀ ਕਹਿੰਦੇ ਜੀ ਕਰਾਂਗੇ ਚੱਕ ਦੇਾਂਗੇ ਕਿਉਂ ਨਹੀਂ ਲੱਗਣੀ ਸਾਡਾ ਸਿੱਖਾਂ ਦਾ ਸ਼ਹੀਦ ਹੈ ਮਿਊਜ਼ੀਅਮ 'ਚ ਫੋਟੋ ਲਾਈ ਆ ਅਸੀਂ ਕਿਵੇਂ ਤੁਸੀਂ ਰੋਕੋਗੇ ਸਾਡੇ ਤੇ ਉਹ ਰੈਬਰ ਹੈਗੇ ਆ ਸਾਡੇ ਧਰਮ ਦੇ ਹੁਣ ਇਹ ਗੱਲਾਂ ਦਾ ਬਾਰ ਬਾਰ ਉੱਠ ਕੇ ਆਉਣਾ ਅਸਲੀ ਕੰਮ ਨਹੀਂ ਕੋਈ ਕਰਨਾ ਸਿੱਖੀ ਦਾ ਸਿੱਖੀ ਨੂੰ ਖਤਰਾ ਸਿੱਖੀ ਦੇ ਲੀਡਰਾਂ ਨੂੰ ਖਤਰਾ ਕਿਹੜਾ ਘਟ ਸਾਧੂ ਐ ਕਿਹੜਾ ਜਿਆਦਾ ਸਿੱਖਿਆ ਕਿਹੜਾ ਘਟ ਗਿਆ ਇਹ ਸਾਰਾ ਇੱਕ ਕਿਸਮ ਦਾ ਸਾਰਿਆਂ ਨੂੰ ਫਾਇਦਾ ਇਹਦੇ ਚ ਜਿਹੜੇ ਰੂਲਿੰਗ ਆ ਉਹਨਾਂ ਨੂੰ ਵੀ ਫਾਇਦਾ ਜਿਹੜੇ ਥੱਲੇ ਲੀਡਰ ਐ ਛੋਟੇ ਛੋਟੇ ਖਾਸ ਕਰਕੇ ਟਟਕੁੰਜੀਏ ਲੀਡਰ ਉਹਨਾਂ ਨੂੰ ਤੇ ਬਹੁਤ ਹੀ ਫਾਇਦਾ ਉਹਨਾਂ ਦੀ ਤੇ ਦਿਹਾੜੀ ਪੈ ਜਾਂਦੀ ਇੱਕ ਵਾਰੀ ਇਹੋ ਜਿਹਾ ਕੋਈ ਬਿਆਨ ਲੱਗ ਜਾਈ ਤੇ ਅਸਲ ਚ ਇਹ ਗੱਲ ਲੋਕਾਂ ਦਾ ਧਿਆਨ ਇਧਰੋਂ ਭਟਕਾਉਣ ਲਈ ਜਿਹੜੇ ਅਸਲੀ ਮੁੱਦੇ ਹੈਗੇ ਆ ਉਥੋਂ ਹਟਾਉਣ ਲਈ ਤੇ ਇਧਰ-ਇਧਰ ਅਲਝਾਉਣ ਲਈ ਤੇ ਲੋਕ ਧਰਮ ਦੇ ਨਾਂ ਤੇ ਸੋਚੀ ਜਾਂਣ ਡਿਸਕਸ਼ਨਾਂ ਕਰੀ ਜਾਂਣ ਬਹਿਸਾਂ ਕਰੀ ਜਾਂਣ ਤੇ ਘਰ ਚ ਘਰ ਦੀ ਨੂੰ ਪੈਰੀ ਜੁੱਤੀ ਚੱਪਲ ਹੈ ਕਿ ਨਹੀਂ ਚੁੱਲਾ ਠੰਡਾ ਹੈ ਕਿ ਨਹੀਂ ਨਿਆਣਿਆਂ ਦੀ ਪੜ੍ਹਾਈ ਹੈ ਕਿ ਨਹੀਂ ਹੈ ਨਿਆਣਿਆਂ ਦੇ ਕੱਚੇ ਪਾਏ ਆ ਕਿ ਉੰਜੀ ਨੰਗੇ ਢੰਗੇ ਛੋਟੇ ਨਿਆਣੇ ਤੁਰੇ ਫਿਰਦੇ ਆ ਬੁਰੀ ਹਾਲਤ ਜਿਹੜੀ ਗਰੀਬਾਂ ਦੀਆਂ ਬਸਤੀਆਂ 'ਚ ਜਾ ਕੇ ਦੇਖੋ ਇਸ ਕਿਸਮ ਦਾ ਇੱਕ ਏਜੰਡਾ ਸੈਟਿੰਗ ਹੁੰਦੀ ਹੈ ਔਰ ਉਹਦੇ ਲਈ ਇਹ ਸਾਰੀ ਤਰਾਕਲ ਰਾਜਨੀਤਿਕ ਤਰਾਕਲ ਤਿਆਰ ਕੀਤੀ ਜਾ ਰਹੀ ਹੈ ਸੁਖਵਿੰਦਰ ਜਿਹੜੀ ਨਾ ਗੱਲ ਤੁਸੀਂ ਕੀਤੀ ਹੈ ਚੀਮਾ ਹੁਣਾਂ ਨੇ ਮੈਂ ਵੀ ਸੁਣੀ ਆ ਪ੍ਰੈਸ ਕਾਨਫਰੰਸ ਕਰਕੇ ਬੜਾ ਤਕੜਾ মিডিਆ 'ਚ ਉਹਨਾਂ ਨੇ ਦਿੱਤਾ ਕਿ ਦੇਖੋ ਜੀ ਇਹ ਅਜੇ ਤੱਕ ਨਹੀਂ ਹੋਇਆ 5 ਸਾਲ ਨਹੀਂ ਹੋਇਆ ਜਿਹੜਾ ਮਾਲਕੇ ਪਿੰਡਿਆ ਕੀ ਉਹਦਾ ਨਾਮ ਮਾਲਕੇ ਹੀ ਹੈ ਪਿੰਡ ਮੇਰਾ। ਹਾਂਜੀ ਇਹਦਾ ਉਸ ਪਿੰਡ ਦੇ ਵਿੱਚ ਜਿਹੜੀ ਵੀ ਐਤਪੀ ਹੋਈ ਸੀ ਉਸ ਦੇ ਅਸੀਂ ਪੰਜ ਬੰਦੇ ਜਿਹੜੇ ਆ ਉਹ ਰਾਮ ਸਿੰਘ ਦੇ ਦੇਦੇ ਦੇ ਨਾਲ ਸਬੰਧਤ ਸੀਗੇ ਦੋਵਾਂ ਨੂੰ ਭਰੀ ਕਰਤਾ ਇਹਨਾਂ ਨੂੰ ਅਸੀਂ ਸਜਾਵਾਂ ਦਵਾਤੀਆਂ ਤਿੰਨ ਤਿੰਨ ਸਾਲ ਦੀ ਮੈਕਸਿਮਮ ਸਜ਼ਾ ਹੋ ਸਕਦੀ ਸੀ ਉਹ ਹੋ ਗਈ ਆ 5-5000 ਕੀਏ ਜੁਰਮਾਨਾ ਹੋਇਆ ਤੇ ਉਹ ਇਸ ਗੱਲ ਦਾ ਕ੍ਰੈਡਿਟ ਲੈ ਰਹੇ ਆ ਕਿ ਦੇਖੋ ਕੂਰਟ ਦਾ ਫੈਸਲਾ ਸਾਡੀ ਜਿਹੜੀ ਹੈ ਸਰਕਾਰ ਦੇ ਦੌਰਾਨ ਹੋਇਆ ਪਹਿਲਾਂ ਨਹੀਂ ਹੋਇਆ ਕਿਉਂਕਿ ਪਹਿਲਾਂ ਇਸ ਕਿਸਮ ਦਾ ਦਬਾਅ ਜਾਂ ਇਸ ਕਿਸਮ ਦੀ ਕੋਈ ਪੈਰਵਾਈ ਇਨਾ ਕੇਸਾਂ ਦੀ ਨਹੀਂ ਕੀਤੀ ਜਾ ਰਹੀ ਇਹਦਾ ਮਤਲਬ ਚੀਮਾ ਸਾਹਿਬ ਇਹ ਵੀ ਕਹਿਣਾ ਚਾਹੁੰਦੇ ਆ ਕਿ ਜੇ ਬਰਗਾੜੀ ਦਾ ਅਸੀਂ ਲੇਟ ਹੋ ਗਏ ਤਾਂ ਚਿੰਤਾ ਨਾ ਕਰੋ ਜੇ ਇੱਕ ਆਰਤਾ ਤੇ ਵੇਟ ਕਰੋ ਥੋੜੀ ਜੀ ਅਸੀਂ ਉਹ ਵੀ ਕਹਾਣੀ ਸਾਰੀ ਸਿਰੇ ਲਾ ਦਿਆਂਗੇ ਹਾਲਾਂਕਿ ਇਹ ਤੇ ਬਾਈ ਦਾ ਵੇ ਹੈਗਾ ਅਸਲੀ ਜਿਹੜਾ ਮਕਸਦ ਮਸਲਾ ਸੀਗਾ ਜਿਹਦੇ ਲਈ ਜਿਹੜਾ ਵੋਟਾਂ ਵਿੱਚ ਪਖਿਆ ਸੀ ਜਿਹਨੇ ਦੋ ਸਰਕਾਰਾਂ ਥੱਲੇ ਸੁੱਟਦੀਆਂ ਉਹ ਮਸਲਾ ਸੀਗਾ ਜਵਾਰਕੇ ਦੇ ਵਿੱਚ ਜਿਹੜਾ ਐਨ ਲਲਕਾਰਕੇ ਗੁਰਦੁਆਰਾ ਸਾਹਿਬ ਦੀ ਕਾਂਤੇ ਬਾਹਰ ਪੋਸਟਰ ਵੀ ਲਾਇਆ ਸੀ ਜਿ ਐਸੀ ਗੁਰਗਰਾਂ ਸਾਹਿਬ ਲੈ ਗਏ ਆ ਉਹ ਜੂਨ ਜਿ ਲੈ ਕੇ ਜਾ ਕੇ ਬਾਅਦ ਵਿੱਚ ਅਕਤੂਬਰ ਚ ਸਾਰਾ ਕੁਝ ਹੋਇਆ ਤੇ ਅਸੀਂ ਲੈ ਗਏ ਆ ਤੇ ਸਾਝੇ ਕਿਸੇ ਕੋਲ ਚਾਹੁੰਦਾ ਲੱਭ ਸਕਦੇ ਆ ਤੇ ਸਾਡੇ ਕੋਲ ਲੱਭ ਲਓ ਬਾਅਦ ਵਿੱਚ ਉਹਦੇ ਪੱਤਰੇ ਖਿਲਾਰੇ ਮਿਲੇ ਉਹ ਸਾਰਾ ਇਹ ਸਾਰੀ ਗੱਲ ਦਾ ਉਹ ਜਿਹੜੀ ਅਸਲੀ ਬੰਦੇ ਆ ਉਹ ਦੋਸ਼ੀਆਂ ਦਾ ਅਜੇ ਕੋਈ ਸਜ਼ਾ ਨਹੀਂ ਹੋਈ ਜਵਾਰ ਕੇ ਤੋਂ ਬਾਅਦ ਆਪਾਂ ਬਰਗਾੜੀ ਤੇ ਕੋਟਕਪੂਰੇ ਵਾਲਾ ਸਾਰਾ ਜਾਣਦੇ ਆ ਉਹ ਸਾਰੀਆਂ ਸਜ਼ਾਵਾਂ ਜਿਹੜਾ ਕਿੱਸਾ ਅਜੇ ਜਿਉਂਦਾ ਕਿਉਂ ਖੜਿਆ ਪਰ ਜੋ ਵੀ ਅੱਜ ਫੈਸਲਾ ਹੋਇਆ ਕੋਰਟ ਨੇ ਕੀਤਾ ਅਸੀਂ ਕੋਰਟ ਦਾ ਵੀ ਧੰਨਵਾਦ ਕਰਦੇ ਆ ਤੇ ਜੇ ਚੀਮਾ ਸਾਹਿਬ ਇਸ ਗੱਲ ਤੇ ਖੁਸ਼ ਆ ਵੀ ਉਹਨਾਂ ਨੂੰ ਵੀ ਥੋੜੀ ਜਿਹੀ ਵਧਾਈ ਦੇ ਦਿਓ ਕਿਉਂਕਿ ਉਹਨਾਂ ਦੀ ਸਰਕਾਰ ਦੇ ਦੌਰਾਨ ਹੋਈ ਆ ਸਾਨੂੰ ਕੋਈ ਇਸ ਗੱਲ ਦੀ ਵੀ ਦਿੱਕਤ ਨਹੀਂ ਹੈ ਬਾਕੀ ਦੇ ਵੀ ਇਸੇ ਤਰ੍ਹਾਂ ਕਰ ਦਿਓ ਬਾਕੀ ਵੀ ਵਧਾਈਆਂ ਤੁਹਾਨੂੰ ਦੇਾਂਗੇ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਇਸ ਗੱਲ ਨਾਲ ਜੁੜੀਆਂ ਆਈਆਂ ਅਕਾਲੀ ਦਲ ਆਪਣੇ ਤੌਰ ਤੇ ਕਹਿ ਰਹੇ ਆ ਕਿ ਅਸੀਂ ਵੀ ਖੁਸ਼ ਹਾਂ ਮੈਂ ਸੁਣ ਰਿਹਾ ਸੀ ਬਲਟੋਆ ਸਾਹਿਬ ਦਾ ਬਿਆਨ ਕਿ ਸਜਾਵਾਂ ਹੋਰ ਸਖਤ ਹੋਣੀਆਂ ਚਾਹੀਦੀਆਂ ਸੀ ਸਾਡਾ ਦਿਲ ਨੂੰ ਹੋਰ ਸ਼ਾਂਤੀ ਹਿੰਦੀ ਪਰ ਕਿਉਂਕਿ ਕਾਨੂੰਨ ਦੇ ਵਿੱਚ ਇਹੀ ਪ੍ਰਾਵਧਾਨ ਹੈ ਇਸ ਕਰਕੇ ਇਹ ਵੱਧ ਤੋਂ ਵੱਧ 3 ਸਾਲ ਦੀ ਸਜ਼ਾ ਹੋ ਸਕਦੀ ਸੀ ਮੋٹے ਤੌਰ ਦੇ ਉੱਤੇ ਜਿਹੜੇ ਅਸਲੀ ਮਾਮਲਾ ਹੈ ਉਹਦੇ ਤੋਂ ਧਿਆਨ ਹੋਣ ਵਾਲੀ ਸਰਕਾਰ ਦਾ ਬਰਗਾੜੀ ਵਾਲਾ ਤੇ ਕੋਟਕਪੂਰੇ ਵਾਲੇ ਜਿਹੜੇ ਸਾਰਾ ਕੁਝ ਹੋਇਆ ਉਹਦੇ ਤੋਂ ਨਹੀਂ ਪਟਕਣਾ ਚਾਹੀਦਾ ਕਿਉਂਕਿ ਲੋਕਾਂ ਦੇ ਦਿਲਾਂ ਵਿੱਚ ਉਸ ਗੱਲ ਦੀ ਲਗਾਤਾਰ ਰੰਜਿਸ਼ ਵੀ ਹੈ ਗੁੱਸਾ ਵੀ ਹੈ ਬਿਲਕੁਲ ਇੱਕ ਹੋਰ ਨਾਲ ਨਾਲੇ ਵੀ ਮਾਮਲਾ ਜੁੜਦਾ ਜਾ ਰਿਹਾ ਕਿ ਕਹਿੰਦੇ ਰਾਮ ਰਹੀਮ ਨੇ ਜਿਹੜਾ ਸਵਾਗਰ ਰਚਾਇਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਵੀ ਕੇਸ ਖੋਲਿਆ ਜਾਵੇ ਹੁਣ ਪਤਾ ਨਹੀਂ ਸਰਕਾਰ ਉਸ ਪਾਸੇ ਵੱਲ ਤੁਰਦੀ ਹੈ ਕਿ ਨਹੀਂ ਤੁਰਦੀ ਜਿਉ ਕੇਸ ਖੁੱਲਦਾ ਪਰ ਰਾਮ ਰਹੀਮ ਨੂੰ ਕਿੱਥੇ ਨਾਮਜ਼ਦ ਕਰਕੇ ਕਿੱਥੇ ਪੁੱਛਗਿੱਛ ਕਰਨਗੇ ਇਹ ਬੜੇ ਆਪਣੇ ਆਪ ਤੇ ਵੱਡੇ ਸਵਾਲ ਪੈਦਾ ਹੁੰਦੇ ਨੇ ਕਿ ਰਾਮ ਰਹੀਮ ਪੰਜਾਬ ਦੀ ਸਿਆਸਤ ਦਾ ਇੱਕ ਵਾਰ ਫੇਰ ਤੋਂ ਤੁਰਾ ਬਣਨ ਜਾ ਰਿਹਾ ਇਸ ਮਸਲੇ ਨੂੰ ਬੜਾ ਮਤਲਬ ਕਿ ਪੇਚੀਦਾ ਬਣਾ ਕੇ ਜਿਸ ਤਰੀਕੇ ਨਾਲ ਪਹਿਲਾਂ ਪੇਸ਼ ਕੀਤਾ ਗਿਆ ਤੇ ਫੇਰ ਹੱਲ ਹੋ ਗਿਆ ਉਹ ਸਾਰਾ ਕੁਝ ਤੁਹਾਡੇ ਸਾਡੇ ਸਭ ਦੇ ਸਾਹਮਣੇ ਹੈ ਮੈਂ ਪ੍ਰੋਫੈਸਰ ਸਭ ਗੱਲ ਕਰਨੀ ਸੀ ਕਿ ਸਰਕਾਰ ਵਾਤਾਵਰਨ ਨੂੰ ਲੈ ਕੇ ਕਿੰਨੀ ਸੰਜੀਦਾ ਆ ਜਦੋਂ ਤਾਂ ਸੱਤਾ ਚੋਂ ਸੱਤਾ ਚ ਆਉਣਾ ਸੀ ਉਦੋਂ ਤਾਂ ਮੱਤੇਵਾੜਾ ਜੰਗਲ ਮੱਤੇਵਾੜਾ ਜੰਗਲ ਵਾਤਾਵਰਨ ਨਹੀਂ ਬਰਬਾਦ ਹੋਣਾ ਚਾਹੀਦਾ ਹੁਣ ਮੁੰਬਈ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਕਿ ਉੱਥੇ ਆਮ ਆਦਮੀ ਪਾਰਟੀ ਜੰਗਲ ਬਚਾਉਣ ਦੇ ਲਈ ਉੱਥੇ ਧਰਨੇ ਪ੍ਰਦਰਸ਼ਨ ਕਰ ਰਹੀ ਹੈ ਵੱਡੇ ਵੱਡੀਆਂ ਰੈਲੀਆਂ ਕੱਢ ਰਹੀ ਹੈ ਪਰ ਇੱਥੇ ਪੰਜਾਬ ਚ ਮੱਤੇਵਾੜਾ ਜੰਗਲ ਨੂੰ ਲੈ ਕੇ ਕੁਝ ਸਮਝ ਨਹੀਂ ਆ ਰਿਹਾ ਕਿ ਕੁਲਤਾਰ ਸਿੰਘ ਸੰਧਵਾ ਜਿਹੜੇ ਸਪੀਕਰ ਨੇ ਉਹ ਆਪਣੇ ਤਰੀਕੇ ਦੀ ਬਿਆਨਬਾਜ਼ੀ ਕਰ ਰਹੇ ਨੇ ਸਰਕਾਰ ਸਹੀ ਠਰ ਹੋਣ ਦੀ ਕੋਸ਼ਿਸ਼ ਕਰ ਰਹੀ ਹੈ 10 ਜੁਲਾਈ ਨੂੰ ਉੱਥੇ ਘੱਟ ਵੀ ਸੱਦਿਆ ਗਿਆ ਦੇਖੋ ਇਹ ਨਾ ਸਾਡੇ ਇੱਕ ਬਚਪਨ ਚ ਪਿੰਡਾਂ ਚ ਕਹਾਵਤ ਸੀ ਸੁਣਾਉਂਦੇ ਹੁੰਦੇ ਸੀ ਕਾਸ਼ਿਚ ਛੁਰੀ ਤੇ ਮੂੰਹੋਂ ਰਾਮ ਰਾਮ ਜਣੀ ਉਪਰੋਂ ਤੇ ਅਸੀਂ ਵਾਤਾਵਰਣ ਪ੍ਰੇਮੀ ਆ ਤੇ ਬਾਅਦ ਵਿੱਚ ਜਿਹੜੇ ਆ ਉਹ ਸਾਰੇ ਜੰਗਲ ਵੱਢਣ ਲਈ ਮਸ਼ੀਨਾਂ ਵੀ ਭੇਜ ਦੇਣੀਆ ਕਟਰ ਵੀ ਆਰੇ ਵੀ ਭੇਜ ਦੇਣੇ ਇਹ ਕੰਮ ਤੇ ਚੱਲ ਰਿਹਾ ਇਹ ਇਕੱਲਾ ਮੈਂ ਆਮ ਆਦਮੀ ਪਾਰਟੀ ਦਾ ਹੀ ਨਹੀਂ ਕਹਿੰਦਾ ਸਾਰੀਆਂ ਪਾਰਟੀਆਂ ਦਾ ਹਾਲ ਤੇ ਇਹੀ ਹੈ ਇਨ੍ਹਾਂ ਤੋਂ ਥੋੜੀਆਂ ਉਮੀਦਾਂ ਲੋਕਾਂ ਦੀਆਂ ਅਲੱਗ ਕਿਸਮ ਦੀਆਂ ਸੀ ਇਸ ਕਰਕੇ ਥੋੜੀ ਚਰਚਾ ਸੀ ਜਿਆਦਾ ਵੀ ਕਰਦੇ ਆਂ ਕਈ ਵਾਰੀ ਉਸ ਨੂੰ ਫੋਕਸ ਕਰਕੇ ਕਿਉਂਕਿ ਉਮੀਦਾਂ ਜ਼ਿਆਦਾ ਕਿ ਇਹਨਾਂ ਦਾ ਏਜੰਡਾ ਦੂਜੀਆਂ ਪਾਰਟੀਆਂ ਨਾਲੋਂ ਆਪਣੇ ਤੌਰ ਤੇ ਅਲੱਗ ਇਹ ਇਹ ਵਿਵਸਥਾ ਸੱਤਾ ਪਰਵਰਤਨ ਵਾਲੇ ਆ ਸੱਤਾ ਪਰਵਰਤਨ ਵਾਲੇ ਨਹੀਂ ਵੀ ਸਿਰਫ ਅਸੀਂ ਉੱਤੋਂ ਚੜ ਉੱਤਰ ਗਿਆ ਤੇ ਮੈਂ ਚੜ ਗਿਆ ਉਹਨਾਂ ਕੁਰਸੀਆਂ ਤੇ ਬਹਿ ਗਿਆ ਇਹ ਚੀਜ਼ ਨਹੀਂ ਹੈਗੀ ਕਿ ਅਸੀਂ ਤੇ ਪੂਰੀ ਵਿਵਸਥਾ ਬਦਲਣੀ ਹੈ ਕਿ ਉਸ ਕਰਕੇ ਜੇ ਵਿਵਸਥਾ ਬਦਲ ਲੀਆ ਤੇ ਉਮੀਦਾਂ ਵੀ ਉਸੇ ਕਿਸਮ ਦੀਆਂ ਲੋਕਾਂ ਦੀਆਂ ਇਹ ਤੇ ਹੁਣ ਬਿਲਕੁਲ ਠੀਕ ਹੈ ਕਿ ਮਤੇਵਾੜਾ ਦੇ ਵਿੱਚ ਇਹ ਭਗਵੰਤ ਮਾਨ ਜਾਂ ਹੋਰ ਸਾਰੇ ਜਾ ਕੇ ਰੈਲੀਆਂ 'ਚ ਕਹਿ ਕੇ ਆਏ ਸੀ ਇਹ ਤੇ ਬਹੁਤ ਥੱਕਾ ਹੋ ਰਿਹਾ ਪੰਜਾਬ ਦੇ ਵਾਤਾਵਰਨ ਨਾਲ ਬਹੁਤ ਥੱਕਾ ਸਾਡੀ ਸਰਕਾਰ ਆ ਲੈਣ ਦਿਓ ਅਸੀਂ ਖਦੇੜ ਦਿਆਂਗੇ ਹੁਣ ਇਹ ਥੋੜੀ ਪਤਾ ਸੀ ਕਿ 12 13 1 ਏਕੜ ਜਿਹੜੀ ਜ਼ਮੀਨ ਆ ਉਹ ਜੰਗਲ ਦੀ ਕੱਟ ਕੇ ਸੜਕ ਬਣਾਉਣ ਲਈ ਉਹਨਾਂ ਨੂੰ ਦੇ ਦੇਣਗੇ ਇਹ ਤੇ ਹੁਣ ਮੱਤੇਵਾੜਾ ਦੇ ਵਿੱਚ ਜਿਹੜੀ ਸੰਘਰਸ਼ ਕਮੇਟੀ ਬਣੀ ਜਿਹੜੇ ਸੰਘਰਸ਼ ਕਰ ਰਹੇ ਆ ਉਹ ਲਗਾਤਾਰ ਅਪੀਲਾਂ ਵੀ ਕਰ ਰਹੇ ਆ ਪ੍ਰੈਸ ਕਾਨਫਰੰਸਾਂ ਕਰ ਰਹੇ ਆ ਔਰ ਇਸ ਤੋਂ ਇਸ ਸੂਚਨ ਦੀ ਗੱਲ ਜ਼ਰੂਰ ਬਣਦੀ ਆ ਆਮ ਆਦਮੀ ਪਾਰਟੀ ਲਈ ਭਗਵੰਤ ਮਾਨ ਲਈ ਖਾਸ ਕਰਕੇ ਕਿ ਕੀ ਆਪਾਂ ਪੰਜਾਬ ਦਾ ਵਾਤਾਵਰਨ ਨੂੰ ਬਚਾਉਣਾ ਜਾਂ ਇਸ ਨੂੰ ਪਹਿਲਾਂ ਵਾਂਗੂ ਹੀ ਹੋਰ ਜਿਤਨਾ ਜ਼ਹਿਰਾਂ ਪਾਣੀਆਂ ਚ ਤੇ ਹਵਾ ਵਿੱਚ ਹੈਗੀਆਂ ਉਸ ਨੂੰ ਲਗਾਤਾਰ ਵਦਨ ਦੇਣਾ ਇਹ ਮੇਰਾ ਖਿਆਲ ਹੈ ਕਿ ਆਪਣੇ ਹੀ ਤਜਰਬੇ ਤੋਂ ਸਿੱਖਣਗੇ ਦਿੱਲੀ ਦੇ ਵਿੱਚ ਵੀ ਬਹੁਤ ਬੁਰਾ ਹਾਲ ਹੈ ਤੇ ਦਿੱਲੀ ਮਾਡਲ ਤੋਂ ਹੀ ਲਾ ਲਓ ਉੱਥੇ ਤੁਹਾਨੂੰ ਪਤਾ ਫਿਰ ਆਰਟੀਫੀਸ਼ੀਅਲ ਫੁਹਾਰੇ ਚਲਾਉਣੇ ਪੈਂਦੇ ਆ ਪਾਣੀ ਤੇ ਹਵਾ ਨੂੰ ਸਾਫ਼ ਕਰਨ ਲਈ ਇਹ ਹਾਲਤ ਬਣੀ ਹੋਈ ਹੈ ਪੱਖੇ ਲਾਉਣੇ ਪੈਂਦੇ ਆ ਤੇ ਕੀ ਹੁਣ ਪੰਜਾਬ ਦੇ ਵਿੱਚ ਵੀ ਉਹ ਹਾਲਤ ਬਣਾਉਣ ਜਾ ਰਹੇ ਆ ਇਸ ਨੂੰ ਥੋੜਾ ਜਰੂਰ ਸੋਚਣਾ ਚਾਹੀਦਾ ਰਹੀ ਗੱਲ ਉੱਥੇ ਮਹਾਰਾਸ਼ਟਰਾ ਦੀ ਲੋਕੀ ਪੁੱਛਣਗੇ ਦੇ ਸਾਈ ਜੋ ਇੱਥੇ ਕਹਿੰਦੇ ਸੀ ਉਹ ਮਹਾਰਾਸ਼ਟਰਾ ਦੇ ਵਿੱਚ ਵਿਰੋਧੀ ਪਾਰਟੀਆਂ ਇਹਨਾਂ ਨੂੰ ਪੂਰਾ ਸਵਾਲ ਕਰਨ ਗਿਆ ਕਿ ਤੁਸੀਂ ਚੋਣਾਂ ਤੋਂ ਪਹਿਲਾਂ ਕੁਝ ਹੋਰ ਕਰਦੇ ਆ ਤੇ ਜਦੋਂ ਚੋਣਾਂ ਦੇ ਵਿੱਚ ਸੱਤਾ 'ਚ ਆ ਜਾਂਦੇ ਆ ਫਿਰ ਤੁਸੀਂ ਦੇਖਦੇ ਆ ਕਿ ਕਾਰਪੋਰੇਟਾਂ ਨੂੰ ਕਿਹੜੀ ਜ਼ਮੀਨ ਜ਼ਿਆਦਾ ਪਸੰਦ ਆ ਕਿੰਨੀ ਕਿ ਸਸਤੀ ਪਸੰਦ ਆ ਉਹਨਾਂ ਨੂੰ ਕਿਹੜੀ ਤਕਲੀਫ ਨਾ ਹੋਵੇ ਫਿਰ ਉਹਦੋਂ ਧਿਆਨ ਚਲੇ ਜਾਂਦਾ ਜਨਤਾ ਵੱਲੋਂ ਧਿਆਨ ਹਟ ਜਾਂਦਾ ਇਸ ਗੱਲ ਲਈ ਮੇਰਾ ਖਿਆਲ ਆ ਕਿ ਜਵਾਬ ਦੇ ਮੱਤੇਵਾੜਾ ਦੇ ਵਿੱਚ ਵੀ ਇਹਨਾਂ ਦੀ ਬਣੂਗੀ ਐਡਾ ਸੁੱਖਾ ਕੰਮ ਉੱਥੇ ਕੋਈ ਇੰਡਸਟਰੀਅਲ ਪਾਰਕ ਬਣਾਉਣਾ ਟੈਕਸਟਾਈਲ ਪਾਰਕ ਬਣਾਉਣਾ ਐਡਾ ਸੁੱਖਾ ਕੰਮ ਨਹੀਂ ਹੈ ਜੀ ਆਖਰੀ ਖਬਰ ਜਿਹੜੀ ਆਪਾਂ ਪ੍ਰੋਫੈਸਰ ਵੱਜ ਗੱਲ ਮਜ਼ਦੂਰਾਂ ਦੀ ਕਰੀਏ ਕਿ ਇੱਕ ਤਾਂ ਲੇਬਰ ਐਕਟ ਦੀ ਵੀ ਚਰਚਾ ਕਾਫੀ ਹੋ ਰਹੀ ਹੈ ਕਿ 1 ਜੁਲਾਈ ਤੋਂ ਸ਼ਾਇਦ ਲਾਗੂ ਹੋਣਾ ਸੀਗਾ ਦੂਜਾ ਇਹ ਇਧਰ ਕਿ ਪੰਜਾਬ ਸਰਕਾਰ ਵੀ ਤਿਆਰੀ ਕਰ ਰਹੀ ਹੈ ਕਿ ਜਿਹੜੇ ਮਜ਼ਦੂਰ ਨੇ ਉਹਨਾਂ ਦੀ ਦਿਹਾੜੀ ਦੇ ਵਿੱਚ ਵਾਧਾ ਕੀਤਾ ਜਾਵੇ ਉਹਨਾਂ ਨੂੰ ਰਜਿਸਟਰਡ ਕੀਤਾ ਜਾਵੇ ਵੱਡੇ ਪੱਤਰ ਦੇ ਉੱਤੇ ਪਰ ਮਜ਼ਦੂਰਾਂ ਦੀ ਦਸ਼ਾ ਕੀ ਹੈ ਖਾਸ ਕਰ ਜਿਹੜੇ ਪਿੰਡੂ ਮਜ਼ਦੂਰ ਨੇ ਉਹਨਾਂ ਦੀ ਦੇਖੋ ਪਿੰਡੂ ਮਜ਼ਦੂਰਾਂ ਦੀ ਹਾਲਤ ਜਿਹੜਾ ਦਲਿਤ ਭਾਈਚਾਰਾ ਖਾਸ ਕਰਕੇ ਉਹਦੇ ਚੋਂ ਦਾ ਹਾਲਤ ਤੇ ਇਹ ਹੈ ਕਿ ਕਿਸੇ ਵੇਲੇ ਉਹਨਾਂ ਨੂੰ ਸਾਰਾ ਸਾਲ ਕੰਮ ਮਿਲਦਾ ਸੀ ਜਦੋਂ ਖੇਤੀ ਹਰੇ ਇਨਕਲਾਬ ਤੋਂ ਪਹਿਲਾਂ ਸੀ ਤੇ ਅਲੱਗ-ਅਲੱਗ ਫਸਲਾਂ ਅਲੱਗ-ਅਲੱਗ ਟਾਈਮ ਤੇ ਬੀਜੀਆਂ ਜਾਂਦੀਆਂ ਸੀ ਕੀਟਨਾਸ਼ਕ ਤੇ ਨਦੀਨ ਨਾਸ਼ਕ ਦਵਾਈਆਂ ਨਹੀਂ ਸੀ ਇਹਨਾਂ ਨੂੰ ਕੰਮ ਇਹ ਮਿਲਦਾ ਸੀ ਵੀ ਮੱਕੀ ਗੋੜ ਲਈ ਕੱਖ ਕੱਢ ਲਿਆ ਉਹ ਲਿਆ ਕੇ ਤੇ ਆਪਣੇ ਡੰਗਰਾਂ ਨੂੰ ਪਾਲ ਲਿਆ ਕੱਟੀ ਵੱਛੀ ਪਾਲ ਲਈ ਕਿਸੇ ਦਾ ਦੁੱਧ ਵੀ ਮਿਲ ਗਿਆ ਜਾਂ ਗਾਂਹ ਵੇਚ ਦਿੱਤੀ ਟੱਬਰ ਚੱਲ ਜਾਂਦਾ ਸੀ ਹੁਣ ਤੇ ਇਹਨਾਂ ਦੇ ਉਹ ਕੰਮ ਤੇ ਨਾ ਉਹ ਲੇਬਰ ਮਿਲਦੀ ਐ ਨਾਲੇ ਲੇਬਰ ਮਿਲਦੀ ਸੀ ਨਾਲੇ ਨਦੀਨ ਕੱਢ ਕੇ ਆਪਣੀ ਕੱਟੀ ਵੱਛੀ ਪਾਲ ਲੈਂਦੇ ਸੀਗੇ ਅਧਿਆਰੇ ਵੀ ਲੈਂਦੇ ਸੀਗੇ ਅੱਧ ਤੇ ਜਾਨੀ ਜਿਹੜੀ ਕੱਟੀ ਵੱਛੀ ਕੋਈ ਜ਼ਿਮੀਂਦਾਰ ਦੀ ਹੈਗੀ ਕਹਿੰਦਾ ਕਿ ਮੈਨੂੰ ਦੇ ਦੇ ਮੈਂ ਤੈਨੂੰ ਪਾਲ ਕੇ ਵਾਪਸ ਦੇ ਦੇਗਾ ਮੈਨੂੰ ਜੋ ਕੀਮਤ ਹੋਊਗੀ ਉਹਦੀ ਅੱਧੀ ਕੀਮਤ ਮੈਨੂੰ ਦੇ ਦੀ ਪਾਲਣ ਦੀ ਇਹ ਕੰਮ ਚੱਲਦੇ ਸੀ ਹੁਣ ਤੇ ਕੁਝ ਹੈ ਨਹੀਂ ਇੱਥੇ ਇਹ ਮਜ਼ਦੂਰਾਂ ਦੀ ਹਾਲਤ ਇਹ ਹੈ ਕਿ ਸਭ ਤੋਂ ਵੱਧ ਜੇ ਕੋਈ ਵਿਕਾਸ ਹੋਇਆ ਤੋ ਉਸ ਵਿਕਾਸ ਦਾ ਭੋਜ ਜਿਹੜਾ ਵਿਨਾਸ਼ਕਾਰੀ ਅਸਰ ਆ ਉਹ ਮਜ਼ਦੂਰਾਂ ਤੇ ਖਾਸ ਕਰਕੇ ਦਲਤਾਂ ਤੇ ਤੇ ਔਰਤਾਂ ਤੇ ਹੋਇਆ ਉਹ ਪਿੰਡਾਂ 'ਚ ਵੀ ਹੈ ਕੰਮ ਹੈ ਨਹੀਂ ਮਸ਼ੀਨਾਂ ਨੇ ਕੰਮ ਚੱਕ ਲਿਆ ਔਰ ਉਹ ਫਿਰ ਮਨਰੇਗਾ ਵਰਗੇ ਜਿਹੜੇ ਕੰਮ ਆ ਖਾਸ ਕਰ ਵੱਡੀ ਉਮਰ ਦੇ ਖਾਸ ਕਰ ਔਰਤਾਂ ਉਹਦੇ 'ਚ ਜਿੰਨੇ ਕ ਦਿਨ ਮਿਲਦੇ ਆ ਉਹ ਵੀ 100 ਦਿਨ ਨਹੀਂ ਮਿਲਦੇ 40% ਦੇਣ ਮਿਲਦੇ ਆ 60% ਪੈਸੇ ਨਾ ਮੰਗਾਉਣ ਕਰਕੇ ਸਰਕਾਰਾਂ ਦੀ ਨਿਲਾਇਕੀ ਕਰਕੇ ਨਹੀਂ ਮਿਲਦੇ ਉਹ ਵੀ ਮਿਲਣੇ ਚਾਹੀਦੇ ਆ ਮਿਲ ਸਕਦੇ ਆ ਜੇ ਪੰਚਾਇਤਾਂ ਵੇਲੇ ਸਿਰ ਆਪਣਾ ਰੈਜ਼ੋਲੂਸ਼ਨ ਪਾਉਣ ਉਹਦੀ ਕੋਈ ਨਾ ਨਹੀਂ ਆ ਉਹਦੇ ਵਿੱਚ 60% ਕੇਂਦਰੀ ਸਰਕਾਰ ਦਾ ਹਿੱਸਾ ਹੁੰਦਾ 40% ਪੰਜਾਬ ਸਰਕਾਰ ਦਾ ਸਭ ਤੋਂ ਅਜੀਬ ਗੱਲ ਇਹ ਹੈ ਸੁਖਵਿੰਦਰ ਤੇ ਮਜ਼ਦੂਰਾਂ ਦੇ ਘੰਟੇ ਕਰਤੇ ਜਾਣਗੇ 12 ਤੇ 4 ਦਿਨ ਕੰਮ ਕਰਨਗੇ 12 48 ਤੇ ਜਿਹੜੇ 6 ਦਿਨ ਕੰਮ ਕਰਦੇ ਸੀਗੇ ਸੋਮਵਾਰ ਤੋਂ ਲੈ ਕੇ ਸੈਚਰਡੇ 8 ਘੰਟੇ ਦਿਹਾੜੀ ਕਰਦੇ ਸੀ 8 6 48 ਉਹ ਵੀ 48 ਘੰਟੇ ਸੀ ਇਹ ਵੀ 48 ਘੰਟੇ ਆ ਉਹ ਪਹਿਲਾਂ 12 ਚ 8 ਘੰਟੇ ਦਿਹਾੜੀ ਦਾ ਕੰਮ ਕਰਦੇ ਸੀ ਤੇ 6 ਦਿਨ ਕਰਦੇ ਸੀ ਹੁਣ 12 ਘੰਟੇ ਕੰਮ ਕਰਨਗੇ ਤੇ 4 ਦਿਨ ਤੇ 3 ਦਿਨ ਛੁੱਟੀ ਦਾ ਹੁਣ ਕਿ ਤੁਸੀਂ ਮੈਨੂੰ ਇਹ ਦੱਸੋ ਵੀ ਤਿੰਨ ਦਿਨ ਮਜ਼ਦੂਰ ਨੇ ਕੀ ਕਰਨਾ 4 ਦਿਨ ਕੰਮ ਕਰਵਾ ਕੇ 3 ਦਿਨ दारू ਪਲਵਾਉਣੀ ਆ ਉਹਨੂੰ ਘਰ ਚ ਨਿਆਣਿਆ ਆਪਣੀ ਘਰ ਦੀ ਨੂੰ ਕਟਾਉਣਾ ਉਹਦੇ ਕੋਲ ਇਹ ਕੰਮ ਮੈਨੂੰ ਸਮਝ ਨਹੀਂ ਆਉਂਦੀ। ਵੈਸੇ ਵੀ ਮੈਨੂੰ ਇਹ ਦੱਸੋ ਜਿੱਥੇ ਸਖਤ ਕੰਮ ਆ 8 ਘੰਟੇ ਤੋਂ ਬਾਅਦ ਜ਼ਿਆਦਾ ਕੋਈ ਕੰਮ ਕਰ ਸਕਦਾ? ਬਹੁਤ ਸਾਰੇ ਦੇਸ਼ਾਂ 'ਚ ਇਹ ਸੋਚਿਆ ਜਾ ਰਿਹਾ ਕਿ ਕੰਮ ਦਾ ਦਿਹਾੜੀ 5 ਘੰਟਿਆਂ ਦੀ 4 ਘੰਟਿਆਂ ਦੀ ਕਰਤੀ ਜਾਏ। ਕਿਉਂਕਿ ਕੰਮ ਸੌਖਾ ਹੋ ਗਿਆ, ਮਸ਼ੀਨਾਂ ਆ ਗਈਆਂ, ਕੰਮ ਜ਼ਿਆਦਾ ਹੈ ਨਹੀਂ ਪਰ ਕੰਮ ਦੇਣਾ ਵੀ ਹੈ ਤੇ ਤੁਸੀਂ ਕੰਮ ਘਟਾਓ ਰੋਜ਼ ਦਾ ਤਾਂ ਕਿ ਤੇ ਵੇਜ ਨੂੰ ਥੋੜਾ ਤਨਖਾਹ ਨੂੰ ਉਜਰਤ ਨੂੰ ਵਧਾ ਦਿਓ। ਇਸ ਕਿਸਮ ਦਾ ਚੱਲ ਰਿਹਾ ਦੁਨੀਆ ਦੇ ਵਿੱਚ ਇੱਥੇ ਪਤਾ ਨਹੀਂ ਕਿਹੜਾ ਇਹਨਾਂ ਨੂੰ ਅਕਲਮੰਦ ਕਹਿੰਦਾ ਇਹਦਾ ਮਤਲਬ ਨਿਕਲੂਗਾ ਇਹ ਮੈਂ ਤਾਂ ਵਾਜਿ ਦੱਸ ਦੇਣਾ ਆਪਣੇ ਮਜ਼ਦੂਰਾਂ ਤੇ ਉੱਤੇ ਜਿਹੜੀ ਮੇਰੀ ਖੋਜ-ਬੀਨ ਦੇ ਆਧਾਰ ਤੇ 12 ਘੰਟੇ ਗਧਿਆਂ ਵਾਂਗੂ ਕੰਮ ਲਿਆ ਜਾਊਗਾ ਉਹਨਾਂ ਨੂੰ ਕਈਆਂ ਨੂੰ ਬਿਮਾਰੀਆਂ ਲੱਗਣਗੀਆਂ ਕੋਈ ਉਮਰ ਘਟ ਜਾਊਗੀ ਕਿਉਂਕਿ ਇੰਨੇ ਘੰਟੇ ਲਗਾਤਾਰ ਤੁਸੀਂ ਰੋਜ਼ ਦਾ ਕੰਮ ਫਿਜ਼ੀਕਲ ਲੇਬਰ ਖਾਸ ਕਰ ਕਰ ਨਹੀਂ ਸਕਦੇ ਸਿਹਤਾਂ ਖਰਾਬ ਹੋਣ ਗਿਆ ਹਸਪਤਾਲਾਂ 'ਚ ਰੋਲਣਗੇ ਇਦਰ ਉਦਰ ਦਵਾਈਆਂ ਦੀ ਇੰਡਸਟਰੀ ਨੂੰ ਕੁਝ ਰਾਹਤ ਮਿਲੂਗੀ ਉਹਨਾਂ ਦੀਆਂ ਤੇ ਦਵਾਈਆਂ ਵਿਕੜ ਗਈਆਂ ਨਾ ਇੱਧਰ ਬੰਦੇ ਮਾਰਨਗੇ ਬਾਕੀ ਤਿੰਨ ਦਿਨ ਫਿਰ ਇਹ ਜਿਹੜੇ ਜਦੋਂ 4 ਘੰਟੇ ਜਾਂ ਪਰ ਡੇ ਮਜ਼ਦੂਰੀ ਹੋਊਗੀ ਉਹ ਮਜ਼ਦੂਰੀ ਨਹੀਂ ਉਸੇ ਰੇਟ ਤੇ ਵਧਾਈ ਜਾਊਗੀ ਮਜ਼ਦੂਰੀ ਹੌਲੀ ਹੌਲੀ 인ਫਲੇਸ਼ਨ ਦੇ ਨਾਲ ਥੱਲੇ ਚਲੀ ਜਾਊਗੀ ਜੋ 8 ਘੰਟੇ ਦੀ ਮਿਲਦੀ ਸੀ ਉਹ ਸਾਲ ਖੰਡ ਦੇ ਅੰਦਰ ਉੱਥੇ ਹੀ ਆਜੂ 12 ਘੰਟੇ ਦੀ ਇਹਦਾ ਮਤਲਬ ਇਹ ਹੋਊਗਾ ਕਿ ਉਸ ਬੰਦੇ ਨੂੰ 2 ਘੰਟੇ 12-12 ਘੰਟੇ 2 ਦਿਨ ਸੌਰੀ 2 ਘੰਟੇ ਦੀ 2 ਦਿਨ 12-12 ਘੰਟੇ ਹੋਰ ਕੰਮ ਕਰਨਾ ਪਊਗਾ ਕਿ ਪਹਿਲੇ 6 ਦਿਨਾਂ ਜਿੰਨਾ ਕਮਾਉਣ ਲਈ ਜਦੋਂ 8 ਘੰਟੇ ਕਰਦਾ ਸੀ ਉਨੀ ਕਮਾਈ ਕਰਦੇ ਇਹ ਇੱਕ ਛਾਜਿਸ਼ ਆ ਸਾਰੀਆਂ ਟ੍ਰੇਡ ਯੂਨੀਅਨਾਂ ਨੂੰ ਇਹਦੀ ਟੱਟ ਕੇ ਵਿਰੋਧਤਾ ਕਰਨੀ ਚਾਹੀਦੀ ਆ ਸ਼ਿਕਾਗੋ ਦੇ ਵਿੱਚ ਤੁਹਾਨੂੰ ਪਤਾ ਸਾਰੀਆਂ ਟ੍ਰੇਡ ਯੂਨੀਅਨਾਂ ਨੇ ਝੰਡਾ ਲਾਲ ਰੱਖਦੀਆਂ ਆਪਣੀਆਂ ਕਿਉਂ ਰੱਖਦੀਆਂ ਉਥੇ ਜਿੱਦਰਾ ਹੈ ਮਾਰਕੀਟ ਦੇ ਵਿੱਚ ਕਾਗੋ ਦੇ ਵਿੱਚ ਮਜ਼ਦੂਰਾਂ ਨੇ ਹੜਤਾਲ ਕੀਤੀ ਸੀ 8 ਘੰਟੇ ਦੀ ਉਦੋਂ ਤੋਂ ਇਹ 8 ਘੰਟੇ ਦੀ ਦਿਹਾੜੀ ਜਿਹੜੀ ਹੈ ਉਹ ਚੱਲੀ ਆਉਂਦੀ ਹੈ ਮਈ ਡੇ ਜਿਹੜਾ ਪਹਿਲੀ ਮਈ ਨੂੰ ਮਜ਼ਦੂਰ ਦਿਹਾੜਾ ਮਨਾਉਂਦੇ ਆ ਉਸ ਦਿਨ ਦੇ ਨਾਲ ਹੈਗਾ ਜੁੜਿਆ ਹੋਇਆ ਤੇ ਇਹ ਪਤਾ ਨਹੀਂ ਕਿਹੜਾ ਕਿਹੜਾ ਇੱਥੇ ਕੌਣ-ਕੌਣ ਬੰਦਾ ਕਹਿੰਦੇ ਤੇ ਅਸੀਂ ਧਰਮਾਤਮਾ ਆ ਕਹਿੰਦੇ ਆ ਗੁਰੂਆਂ ਪੀਰਾਂ ਦੀ ਧਰਤੀ ਆ ਸੰਨਿਆਸੀਆਂ ਦੀ ਧਰਤੀ ਆ ਚੰਗੇ ਮਹਾਪੁਰਸ਼ਾਂ ਦੀ ਧਰਤੀ ਆ ਪਰ ਜਦੋਂ ਮਜ਼ਦੂਰ ਦਾ ਨਾਮ ਆਉਂਦਾ ਉਥੇ ਅਸੀਂ ਇਹੋ ਜੇ ਬਕਿਰਕ ਹੋ ਜਾਣੇ ਆ ਇਹੋ ਜੇ ਜ਼ਾਲਮ ਹੋ ਜਾਣੇ ਆ ਕਿ ਅਸੀਂ ਕਦੀ ਨਹੀਂ ਸੋਚਦੇ ਕਿ ਉਹਨਾਂ ਦੇ ਘਰ ਦੇ ਵਿੱਚ ਕੋਈ ਅੱਗ ਬਲ ਰਹੀ ਆ ਕਿ ਨਹੀਂ ਅੱਗ ਕੀ ਬਲਣੀ ਆ ਗੈਸ ਜਿਹੜੀ ਆ 50 55 ਰੁਪਏ ਸਿਲੰਡਰ ਹੋਰ ਮਹਿੰਗਾ ਹੋ ਗਿਆ 1000 ਤੋਂ ਉੱਪਰ ਯਾਨੀ 4-500 ਦਾ ਹੁੰਦਾ ਸੀ ਦੁੱਗਣੇ ਤੋਂ ਉੱਪਰ ਚਲਾ ਗਿਆ ਹਾ ਹਾ ਕਾਰਿਆ ਜੇ ਗੈਸ ਹੀ ਨਹੀਂ ਤਾਂ ਆਟਾ ਭਾਵੇਂ ਹੋਵੇ ਹੁਣ ਤੇ ਆਟਾ ਹੀ ਫਿਰ ਖਾਣਾ ਪਊਗਾ ਕਿਉਂਕਿ ਗੈਸ ਤੇ ਹੈ ਨਹੀਂ ਇਹ ਹਾਲਤ ਮਜ਼ਦੂਰਾਂ ਦੀ ਥੱਲੇ ਲੈਵਲ ਤੇ ਹੋ ਰਹੀ ਆ ਹੋ ਸਕਦਾ ਹੈ ਕਿ ਉਹਨਾਂ ਦੇ ਟਾਈਮ ਦੇ ਵਿੱਚ ਸਰਕਾਰਾਂ ਕਹਿਣ ਕਿ ਅਸੀਂ ਤੁਹਾਨੂੰ ਮੁਫਤ ਸਿਲੰਡਰ ਵੀ ਦੇ ਦੇਵਾਂਗੇ ਪਰ ਲੋਕ ਜਿਹੜੇ ਨੇ ਲੋਕ ਹੁਣ ਸਿਆਣੇ ਹੋ ਗਏ ਲੋਕਾਂ ਨੂੰ ਪਤਾ ਹੈ ਕਿ ਇਹਨਾਂ ਨੇ ਜਿਹੜਾ ਸਿਲੰਡਰ 1000 ਦਾ ਸੀਗਾ ਉਹ 1054 ਦਾ ਕਰਤਾ ਤੇ ਸਬਸਿਡੀ ਖਾਤੇ ਚੋਂ ਦੀ ਕੋਈ 7-8 ਰੁਪਏ ਮੇਰੇ ਵੀ ਖਾਤੇ ਚ ਆਈ ਮੈਨੂੰ ਤਾਂ ਕਰਕੇ ਮੇਰਾ ਤਜਰਬਾ ਮੈਨੂੰ ਲੱਗਿਆ ਪਤਾ ਇਸ ਚੀਜ਼ ਬਾਰੇ ਇਹ ਲੋਕ ਬਹੁਤ ਸਵਾਲ ਕਰਦੇ ਨੇ ਤੁਸੀਂ ਅਸੀਂ ਮੁੱਦੇ ਦੇ ਉੱਤੇ ਫੋਕਸ ਰੱਖਾਂਗੇ ਮੁੱਦੇ ਹੋਰ ਵੀ ਲੈ ਕੇ ਆਵਾਂਗੇ ਕੋਸ਼ਿਸ਼ ਇਹੀ ਰਹਿੰਦੀ ਆ ਤੁਹਾਡੇ ਤੇ ਵੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਤੁਸੀਂ ਇਹਨਾਂ ਮੁੱਦਿਆਂ ਨੂੰ ਗੰਭੀਰਤਾ ਨਾਲ ਸਮਝੋ ਇਹਨਾਂ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਕਿ ਹਰੇਕ ਬੰਦੇ ਦੀ ਆਵਾਜ਼ ਜਿਹੜੀ ਹੈ ਉਹ ਅਸੀਂ ਚੁੱਕ ਸਕੀਏ ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ ਮੈਨੂੰ ਇਜਾਜ਼ਤ ਦਿਓ ਧੰਨਵਾਦ